ਜਿੱਥੇ ਆ ਕੇ ਵਸ ਗਿਆ ਸਾਡੀ ਜਿੰਦ ਵਰਗਾ ਨਹੀਂ ਇਹ ਮੁਲਕ ਤਾਂ ਸੋਹਣਾ ਏ ਮੇਰੇ ਪਿੰਡ ਵਰਗਾ ਨਹੀਂ ਇਹ ਮੁਲਕ ਤਾਂ ਸੋਹਣਾ ਏ ਮੇਰੇ ਪਿੰਡ ਵਰਗਾ ਨਹੀਂ ਹੋ ਜਿੱਥੇ ਆ ਕੇ ਵਸ ਗਿਆ ਜਿੱਥੇ ਆ ਕੇ ਵਸ ਗਿਆ ਸਾਡੀ ਜਿੰਦ ਵਰਗਾ ਨਹੀਂ ਇਹ ਮੁਲਕ ਤਾਂ ਸੋਹਣਾ ਏ ਮੇਰੇ ਪਿੰਡ ਵਰਗਾ ਨਹੀਂ ਇਹ ਮੁਲਕ ਤਾਂ ਸੋਹਣਾ ਏ ਮੇਰੇ ਪਿੰਡ ਵਰਗਾ ਨਹੀਂ ਮੇਰੇ ਪਿੰਡ ਵਰਗਾ ਨਹੀਂ ਮੇਰੇ ਪਿੰਡ ਵਰਗਾ ਨਹੀਂ ਇਹ ਮੁਲਕ ਤਾਂ ਸੋਹਣਾ ਏ ਮੇਰੇ ਪਿੰਡ ਵਰਗਾ ਨਹੀਂ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਹਰ ਹਫ਼ਤੇ ਅਸੀਂ ਕਾਂਸ਼ੀ ਟੀ ਵੀ ਦੇ ਵਿਹੜੇ ਲੈ ਕੇ ਆਈਦਾ ਹੈ ਪ੍ਰੋਗਰਾਮ ਆਪਣੇ ਵਿਚਾਰ, ਔਰ ਆਪਣੇ ਵਿਚਾਰਾਂ ਦੇ ਵਿੱਚ ਹਮੇਸ਼ਾ ਹੀ ਸਾਡਾ ਕੋਈ ਨਾ ਕੋਈ ਵੱਖਰਾ ਹੀ ਵਿਸ਼ਾ ਹੁੰਦਾ ਹੈ। ਸੋ ਉਸ ਤਰ੍ਹਾਂ ਅੱਜ ਇੱਕ ਵਾਰੀ ਫਿਰ ਅਸੀਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਕਾਂਸ਼ੀ ਟੀ ਵੀ ਦੇ ਵਿਹੜੇ ਪ੍ਰੋਗਰਾਮ ਆਪਣੇ ਵਿਚਾਰ, ਔਰ ਆਪਣੇ ਵਿਚਾਰਾਂ ਦੇ ਵਿੱਚ ਜੋ ਅੱਜ ਦਾ ਵਿਸ਼ਾ ਹੈ ਉਹ ਹੈ ਸਾਡਾ ਪਿੰਡ। ਤੋ ਉਸ ਦੇ ਨਾਲ ਹੀ ਪਹਿਲੇ ਮੈਂ ਰੂਪ ਸਮਰਾਏ, ਔਰ ਮੇਰੇ ਨਾਲ ਮੇਰੇ ਵੀਰ ਹਨ ਬਲਬੀਰ ਕੈਂਥ ਜੀ, ਔਰ ਸਾਡੇ ਮਾਸਟਰ ਮਾਈਂਡ ਕੰਟਰੋਲ ਰੂਮ ਦੇ ਵਿੱਚ ਵਿਜੇ ਮੁੰਮੀ ਜੀ, ਔਰ ਕਾਂਸ਼ੀ ਟੀ ਵੀ ਦੀ ਮੈਨੇਜਮੈਂਟ ਸਾਡੇ ਸਾਰਿਆਂ ਵੱਲੋਂ ਹੀ ਦੇਖਣ ਵਾਲੇ ਸਾਡੇ ਦਰਸ਼ਕਾਂ ਨੂੰ ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਬਾਲਮੀਕ, ਸਲਾਮ, ਨਮਸਤੇ, ਅਦਾਬ, ਔਰ ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਇੱਕ ਵਾਰੀ ਫਿਰ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ, ਲੈ ਕੇ ਆਏ ਹਾਂ ਤੁਹਾਡੇ ਵਾਸਤੇ ਮੇਰਾ ਪਿੰਡ, ਕਿਉਂਕਿ ਹਰ ਇੱਕ ਇਨਸਾਨ ਦੇ ਨਾਲ ਉਸ ਦੇ ਪਿੰਡ ਦੀ ਕੋਈ ਨਾ ਕੋਈ ਯਾਦ ਜ਼ਰੂਰ ਜੁੜੀ ਹੋਈ ਹੈ। ਸੋ ਅੱਜ ਆਪਾਂ ਗੱਲ ਕਰਾਂਗੇ ਉਹ ਯਾਦਾਂ ਦੀਆਂ, ਜੋ ਕਿ ਪਿੰਡ ਦੀਆਂ ਆਪਣੇ ਪਿੰਡ ਦੀਆਂ ਤੁਹਾਡੇ ਨਾਲ ਯਾਦਾਂ ਜੁੜੀਆਂ ਹੋਈਆਂ ਨੇ। ਸੋ ਇਸ ਕਰਕੇ ਅੱਜ ਚੱਲਿਆ ਹੋ, ਕਿਉਂਕਿ ਅਸੀਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਅੱਜ ਦਾ ਵਿਸ਼ਾ ਮੇਰਾ ਪਿੰਡ। ਔਰ ਸਾਡਾ ਜੋ ਫੋਨ ਨੰਬਰ ਹੈ ਉਹ ਹੈ 03007702246। ਚੱਕ ਲਓ ਫੋਨ, ਘੁੰਮਾ ਦਿਓ ਨੰਬਰ, ਔਰ ਚੱਲੇ ਆਓ ਕਾਂਸ਼ੀ ਟੀ ਵੀ ਦੇ ਵਿਹੜੇ ਅੰਦਰ। ਗੱਲ ਕਰਦੇ ਹਾਂ ਅੱਜ ਆਪਾਂ ਸਾਰੇ ਹੀ ਮੇਰਾ ਪਿੰਡ ਦੀ। ਤੋ ਅੱਜ ਸਾਡੇ ਪਹਿਲੇ ਕੋਲਰ ਆਏ ਨੇ, ਦੇਖਦੇ ਹਾਂ ਕਿ ਉਹ ਆਪਣੇ ਪਿੰਡ ਦੀ ਯਾਦ ਕਿਹੋ ਜੀ, ਜਾਂ ਯਾਦ ਪਿੰਡ ਬਾਰੇ ਕੀ ਵਿਚਾਰ ਲੈ ਕੇ ਆਏ ਨੇ। ਜੈ ਗੁਰਦੇਵ ਜੀ, ਕੌਣ ਅਤੇ ਕਿੱਥੋਂ ਜੀ? ਜੈ ਗੁਰਦੇਵ ਜੀ, ਬਲਵੀਰ ਜੀ, ਰੂਪ ਜੀ, ਬਲਵੀਰ ਪਚੰਗੀ ਬੋਲਦਾ ਜੀ। ਕਿਆ ਬਾਤ ਆ ਪਚੰਗੀ ਜੀ, ਖਾਨਪੁਰ ਦੀ ਯਾਦ ਲੈ ਕੇ ਆਏ ਨੇ ਮੈਨੂੰ ਲੱਗਦਾ। ਮੈਂ ਕਿਹਾ ਜੀ ਖਾਨਪੁਰ ਦੀ ਯਾਦ ਲੈ ਕੇ ਆਏ ਨੇ ਜੀ, ਤੇ ਯਾਦ ਹੋਵੇ ਲੋਕ ਲੈਣਾ ਪੇਸ਼ ਕਰਾਂ। ਮੈਂ ਕਿਹਾ ਜੀ ਆਓ ਸਰ ਜੀ ਆਓ। ਮੇਰਾ ਪਿੰਡ ਖਾਨਪੁਰ ਹੈ ਸੁਣ ਰੂਪ ਤੇ ਬਲਵੀਰ, ਆਹਾ ਮੇਰਾ ਪਿੰਡ ਖਾਨਪੁਰ ਸੁਣ ਰੂਪ ਤੇ ਬਲਵੀਰ, ਆਪਣੇ ਸ਼ਹਿਰ ਦੇ ਲਾਗੇ ਹੈ ਜਿੱਥੇ ਹੈ ਪੰਜ ਪੀਰ, ਆਉਂਦੇ ਦੋ ਭਾਈ ਸੁਣੀਦੇ ਮੇਰੇ ਵੇਲੀਆ, ਉੱਥੋਂ ਦੇ ਦੋ ਭਾਈ ਨੇ ਦਲਵੀਰ ਤੇ ਬਲਵੀਰ, ਗੀਨਸ ਬੁੱਕ ਵਿੱਚ ਨਾਮ ਆਉਂਦਾ ਗਾਉਂਦੇ ਮਿਰਜ਼ਾ ਹੀਰ, ਪਚੰਗੀਆਂ ਨੇ ਹੱਦ ਕਰਤੀ ਜੂਕੇ ਵਿੱਚ ਆ ਕੇ ਮੇਰੇ ਵੀਰ, ਪਚੰਗੀਆਂ ਨੇ ਹੱਦ ਕਰਤੀ ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ ਪਿੰਡ ਸੁਣੀਂਦਾ ਮੋਗਾ, ਓਰਲੇ ਪਾਸੇ ਢਾਬ ਸੁਣੀਂਦੀ ਪਰਲੇ ਪਾਸੇ ਟੋਬਾ, ਉੱਥੇ ਦਾ ਇੱਕ ਸਾਧ ਸੁਣੀਂਦਾ ਉਹ ਮੇਰੇ ਹਾਣੀਆਂ, ਉੱਥੇ ਦਾ ਇੱਕ ਸਾਧ ਸੁਣੀਂਦਾ ਘਰ ਘਰ ਉਹਦੀ ਸੋਭਾ, ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ ਮਗਰੋਂ ਮਾਰਦਾ ਗੋਡਾ, ਨੀ ਲੱਕ ਤੇਰਾ ਪਤਲਾ ਜਿਹਾ ਭਾਰ ਸਹਿਣ ਨਾ ਜਾਂਦਾ, ਨੀ ਲੱਕ ਤੇਰਾ ਪਤਲਾ ਜਿਹਾ ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ ਪਿੰਡ ਸੁਣੀਂਦਾ ਲੱਲੀਆਂ, ਉੱਥੇ ਦੋ ਦੋ ਬੋਲਦ ਸੁਣੀਂਦੇ ਗੱਲ ਜਿਨ੍ਹਾਂ ਦੇ ਟੱਲੀਆਂ, ਸੁੱਕੀ ਤੂੜੀ ਖਾਂਦੇ ਨਹੀਂ ਖਾਂਦੇ ਹਰੀਆਂ ਫਲੀਆਂ,
ਮੇਲੇ ਮੁਕਸਰ ਦੇ ਨੰਦ ਤੇ ਭਾਬੀ ਚੱਲੀਆਂ ਮੇਲੇ ਮੁਕਸਰ ਦੇ ਲਾਸਟ ਵਾਨੇ ਜੀ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਮਾੜੀ ਉੱਥੇ ਦੀਆਂ ਦੋ ਕੁੜੀਆਂ ਸੁਣੀ ਦੀਆਂ ਇੱਕ ਪਤਲੀ ਇੱਕ ਭਾਰੀ ਭਾਰੀ ਦੇ ਸਿਰ ਹਰਾ ਡੋਰੀਆਂ ਓ ਮੀਰ ਮੇਰਿਆ ਪਹਾੜੀ ਦੇ ਸਿਰ ਹਰਾ ਡੋਰੀਆ ਪਤਲੀ ਸਿਰ ਫੁਲਕਾਰੀ ਪਤਲੀ ਦਾ ਤਾਂ ਵਿਆਹ ਹੋ ਗਿਆ ਪਹਾੜੀ ਅਜੇ ਕੁਵਾਰੀ ਨੀ ਆਪੇ ਤੈਨੂੰ ਲੈ ਜਾਣਗੇ ਲੱਗੇਗੀ ਜਿਨ੍ਹਾਂ ਨੂੰ ਪਿਆਰੀ ਨੀ ਆਪੇ ਤੈਨੂੰ ਲੈ ਜਾਣਗੇ ਲੱਗੇਗੀ ਜਿਨ੍ਹਾਂ ਨੂੰ ਪਿਆਰੀ ਨੀ ਆਪੇ ਤੈਨੂੰ ਲੈ ਜਾਣਗੇ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਆਪਣੇ ਸਾਡੇ ਬਹੁਤ ਹੀ ਯੂਕੇ ਦੇ ਮੰਨੇ ਪ੍ਰਵੰਨੇ ਕਲਾਕਾਰ ਬਲਵੀਰ ਪਚੰਗੀ ਜੀ ਅੱਜ ਆਪਣੇ ਖਾਨਪੁਰ ਦੀਆਂ ਯਾਦਾਂ ਔਰ ਕਈ ਪਿੰਡਾਂ ਦੀਆਂ ਜਾਣੇ ਜੋ ਚੱਲਦੀਆਂ ਅੱਜ ਕੱਲ੍ਹ ਗੱਲਾਂ ਆਪਣੇ ਬੋਲੀਆਂ ਉਹ ਸੁਣਾ ਕੇ ਗਏ ਨੇ ਬਹੁਤ ਹੀ ਧੰਨਵਾਦ ਕਰਦੇ ਹਾਂ ਤੋ ਗੱਲ ਕਰਦੇ ਹਾਂ ਜੀ ਮੇਰਾ ਪਿੰਡ ਹਰ ਇੱਕ ਦੇ ਪਿੰਡ ਦੇ ਵਿੱਚ ਜੀ ਪਹਿਲੇ ਤਾਂ ਦੇਖੋ ਜਦੋਂ ਇਨਸਾਨ ਸਵੇਰੇ ਉੱਠਦਾ ਹੀ ਹੈ ਇਸ਼ਨਾਨ ਕਰਦਾ ਹੈ ਗੁਰੂ ਘਰਾਂ ਨੂੰ ਜਾਂਦਾ ਉਹ ਗੁਰੂ ਘਰਾਂ ਦੇ ਵਿੱਚ ਦੇਖੋ 4 ਵਜੇ ਸਵੇਰੇ ਉੱਠ ਕੇ ਬਾਣੀ ਦਾ ਪ੍ਰਚਾਰ ਹੋਣ ਲੱਗ ਪੈਂਦਾ ਜਦੋਂ ਸਪੀਕਰ ਲੱਗਾ ਹੁੰਦਾ ਅਤੇ ਪੂਰੇ ਪਿੰਡ ਦੇ ਵਿੱਚ ਆਪਣੇ ਹੀ ਨਹੀਂ ਬਲਕਿ ਲਾਗੇ ਲਾਗੇ ਵੀ ਜੋ ਛੋਟੇ ਛੋਟੇ ਪਿੰਡ ਹੁੰਦੇ ਨੇ ਉੱਥੇ ਤੱਕ ਆਵਾਜ਼ ਜਾਂਦੀ ਹੈ ਸੋ ਇਸ ਦੇ ਨਾਲ ਹੀ ਆਪਾਂ ਅਗਲੇ ਕਾਲਰ ਦੀ ਆਵਾਜ਼ ਸੁਣਦੇ ਹਾਂ ਦੇਖਦੇ ਹਾਂ ਕਿ ਉਹ ਅੱਜ ਆਪਣੇ ਪਿੰਡ ਦੀਆਂ ਕਿਹੋ ਜਿਹੀਆਂ ਯਾਦਾਂ ਲੈ ਕੇ ਆਏ ਨੇ ਕੋਲ ਲਓ ਵੀਰ ਜੀ ਜੈ ਗੁਰਦੇਵ ਕੌਂਦਾ ਕਿੱਥੋਂ ਬੋਲਦੇ ਜੀ ਹਾਂਜੀ ਕੈਂਸਾ ਮੈਂ ਪਿਆਲਾ ਵੰਗੜ ਔਰ ਰੂਪ ਸਮਰਾਜ ਜੀ ਕਿਆ ਬਾਤ ਹੈ ਪਿੰਡ ਤੇ ਗੱਲ ਹੋ ਰਹੀ ਹੈ ਮੇਰਾ ਗ੍ਰਾਮ ਮੇਰਾ ਪਿੰਡ 60 ਸਾਲ ਹੋ ਗਏ ਹੋ ਜਾਣੇ 24 ਮਾਰਚ ਨੂੰ ਯਾਦ ਕਰਾਤਾ ਆਪਣੀ ਮੈਂ ਕਿਤਾਬ ਦੇ ਵਿੱਚ 5 ਇਹਦੇ ਤੇ ਕਵਿਤਾਵਾਂ ਲਿਖ ਚੁੱਕਾ ਹਾਂ ਜੀ ਚੱਕ ਪ੍ਰੇਮਾ ਮੇਰਾ ਪਿੰਡ ਮੇਰਾ ਗ੍ਰਾਮ ਤੇਰ ਹੋਈ ਮੈਂ ਉਸ ਨਗਰੀ ਨੂੰ ਪਿੱਠ ਵਿਖਾ ਕੇ ਨੱਸ ਆਇਆ ਸਾਂ ਜਿਸ ਮਿੱਟੀ 'ਚ ਮੇਰੀ ਹੋਂਦ ਹੋਈ ਸੀ ਉਸ ਜਣਨੀ ਦਾ ਮੋਹ ਪਲਾ ਕੇ ਸਦਾ ਲਈ ਉਹ ਵਕ ਆਇਆ ਸਾਂ ਉਹ ਮੇਰਾ ਪਿੰਡ ਚੱਕ ਪ੍ਰੇਮਾ ਜਿਹਦਾ ਨਾਂ ਮੇਰੇ ਪਿੰਡ ਦਾ ਨਾਂ ਜਿੱਦਾਂ ਉਹਨੇ ਕਿਹਾ ਹੈ ਨਾ ਪ੍ਰਸ਼ਾਸਨ ਸਾਹਿਬ ਨੇ ਉਹਨਾਂ ਦਾ ਖਾਨਪੁਰ ਆ ਖਾਨਪੁਰ ਤੇ ਮੇਰਾ ਚੱਕ ਬਰੇਮਾ ਹੈ ਇਹ ਫੁਆੜੇ ਤੋਂ ਅਬਾਊਟ 5-6 ਮੀਲ ਆ ਵਾਜੀ ਵਾ ਲਿਖਿਆ ਹੈ ਕਿ ਮੇਰਾ ਗ੍ਰਾਂ ਟੂੰਡਾ ਮੈਂ ਪਿਆਰ ਦੀਆਂ ਬਿਸਰੀਆਂ ਸੁਨਹਿਰੀ ਘੜੀਆਂ ਜੋ ਮੇਰੇ ਬੀਤੇ ਬਿਤਾਏ ਸੰਗ ਮੇਰੀ ਜਿੰਦੂ ਨਾਲ ਹੈਨ ਜੁੜੀਆਂ ਔਰ ਰਹਿਣੀਆਂ ਜੁੜੀਆਂ ਢੇਰ ਹੋਈ ਜੋ ਗ੍ਰਾਂ ਮੇਰਾ ਸੀ ਮੈਨੂੰ ਆਪਣੀ ਜਾਨੋ ਪਿਆਰਾ ਅੱਜ ਮੇਰੀ ਉਸ ਬਸਤੀ ਦੀਆਂ ਕੰਧਾਂ ਜਾਪਣ ਅਤਿ ਉਦਾਸ ਨੇ ਖੜੀਆਂ ਜਦੋਂ ਹੈ ਨਾ ਮੈਂ ਜਾ ਕੇ ਦੇਖਦਾ ਰੂਸ ਮਹਾਰਾਜ ਜੀ ਤਾਂ ਮੈਨੂੰ ਆਪਣੇ ਜਿਹੜੇ ਘਰ ਦੀਆਂ ਕੰਧਾਂ ਬਹੁਤ ਹੀ ਉਦਾਸ ਲੱਗਦੀਆਂ ਕਿਉਂਕਿ ਉੱਥੇ ਹੁਣ ਕੋਈ ਰਹਿੰਦਾ ਨਹੀਂ ਕਿਉਂਕਿ ਅਸੀਂ ਸਾਰੇ ਬਾਹਰ ਆ ਗਏ ਹਾਂ ਜੀ ਜੀ ਬਾਕੀ ਫਿਰ ਤੇ ਉਦਾਸ ਹੀ ਹੋਣਾ ਕੰਧਾਂ ਨੇ ਜੀ ਹਾਂ ਅਖੇਰ ਦਿਸੇ ਨਾ ਮੈਨੂੰ ਕੋਈ ਉੱਥੇ ਹਾਣੀ ਪਿਆਰਾ ਹੁਣ ਜੋ ਜਾਂਦੇ ਹਾਂ ਉਹ ਵੀ ਆਪਣੇ ਜਿਹੜੇ ਸੀਗੇ ਭੈਣ ਭਾਈ ਉਹ ਹੈ ਹੀ ਨਹੀਂ ਉਹ ਦਿਸੇ ਨਾ ਮੈਨੂੰ ਹਾਣੀ ਪਿਆਰਾ ਜੋ ਗਲਪਕੜੀ ਪਾ ਮੈਨੂੰ ਬੁਲਾਵੇ ਤੇ ਆਪਣੇ ਪਾਸ ਬਿਠਾਵੇ ਕਿੱਧਰ ਗਈਆਂ ਉਹ ਹੱਸਦੀਆਂ ਗਲੀਆਂ ਜਿੱਥੇ ਨਿੱਕੇ ਹੁੰਦਿਆਂ ਹਾਣੀਆਂ ਨਾਲ ਐਵੀਂ ਮਿਚੀਦੀਆਂ ਸੀ ਲੜਾਈਆਂ ਲੜੀਆਂ ਇਹ ਕਵਿਤਾ ਹੁਣ ਸਾਰੀ ਗ੍ਰਾਂ ਦੇ ਬਾਰੇ ਆਪਣੇ ਪਿੰਡ ਬਾਰੇ ਕਰ ਰਹੇ ਹਾਂ ਜੀ ਜੀ ਇਹ ਤੁਸੀਂ ਬਹੁਤ ਅੱਛੇ ਜਿਹੜੇ ਪ੍ਰੋਗਰਾਮ ਲਿਆ ਰਹੇ ਹਾਂ ਇਹਨਾਂ ਦੀ ਵੈਲਿਊ ਨਹੀਂ ਕੋਈ ਥੈਂਕ ਯੂ ਮੰਮੀ ਸਾਹਿਬ ਜਿਹੜਾ ਹੈ ਨਾ ਤੁਹਾਨੂੰ ਇਹ ਟੌਪਿਕ ਦਿੰਦਾ ਆ ਉਹ ਸਾਡੇ ਨਾਲ ਜੁੜਿਓ ਆ ਜੀ ਬਿਲਕੁਲ ਜੀ ਪਿੰਡ ਗ੍ਰਾਂ ਸਭ ਕੁਛ ਕਿੱਥੇ ਪਤਾ ਨਹੀਂ ਉਹ ਮੇਰੇ ਜਿਗਰੀ ਭਾਈ ਜਿਨ੍ਹਾਂ ਦੀ ਖਾਤਰ ਮੈਂ ਉਮਰਾਂ ਸਾਰੀ ਪ੍ਰਦੇਸ਼ 'ਚ ਬਿਤਾਈ ਲੱਭੇ ਨਾ ਮੈਨੂੰ ਉਹ ਮਦਰਸਾ ਜਿੱਥੇ ਮੈਂ ਆਪਣੇ ਪਿੰਡ 'ਚ 5 ਜਮਾਤਾਂ ਸੀ ਪੜ੍ਹੀਆਂ ਪੰਜਵੀਂ ਤਾਂ ਸਾਡੇ ਪਿੰਡ ਦੇ ਵਿੱਚ ਸਕੂਲ ਹੁੰਦਾ ਸੀ ਉਸ ਤੋਂ ਬਾਅਦ ਫਿਰ ਮਿਡਲ ਸਕੂਲ ਲਖਪੁਰ ਉਸ ਤੋਂ ਬਾਅਦ ਫਿਰ ਕਾਲਜ ਫਗਵਾੜਾ ਇਸ ਤਰ੍ਹਾਂ ਦੀ ਜ਼ਿੰਦਗੀ ਹੈ ਪਰ ਆਪਾਂ ਆਪਣੇ ਪਿੰਡ ਦੀ ਹੀ ਅੱਜ ਗੱਲ ਕਰਨੀ ਹੈ ਜੀ ਜੀ
ਅੱਜ ਸੋਹਣੀ ਸੜਕਾਂ ਨਾਲ ਸੋਹਣੀਆਂ ਸੜਕਾਂ ਨਾਲ ਮੇਰੇ ਪਿੰਡ ਦਾ ਸਫ਼ਰ ਅੱਜ ਸੁਹਾਣਾ ਹੋਇਆ। ਕੱਚਾ ਘਰ ਵੀ ਕਿਧਰੇ ਨਹੀਂ ਕੋਈ ਦਿਸਿੰਦਾ, ਬਿਜਲੀ ਖੰਭੇ ਲਾ ਡਾਰਾਂ ਹੰਸ ਤਰਫੇ ਖੜੀਆਂ। ਏਦਾਂ ਦਾ ਮੇਰਾ ਪਿੰਡ ਹੋ ਚੁੱਕਾ। ਤੁਸੀਂ ਹੈਰਾਨ ਹੋਵੋਗੇ, 5-7 ਮੀਲ ਦੂਰ ਵਾ ਜੀ ਪੁਗਾੜੇ ਤੋਂ ਜੀ ਜੀ। ਹਾਲਾਤ ਗੁੱਡ ਵਾ। 60ਵਿਆਂ 'ਚ ਜਦੋਂ ਇਹ ਛੱਡ ਕੇ ਆਏ ਹੈ ਨਾ ਜੀ, 63 ਮੈਂ ਇੱਥੇ ਆਇਆ। ਸੋ 60ਵਿਆਂ ਸਾਡੇ ਗ੍ਰਾਂ 'ਚ ਸਾਈਕਲ ਜਿਵੇਂ ਸੀ ਕੋਈ ਟਾਵਾਂ ਟਾਵਾਂ, ਹੁਣ ਮੋਟਰਸਾਈਕਲ ਤੋਂ ਕੋਈ ਘਰ ਨਹੀਂ ਬਣ ਜਾ, ਤੇ ਕਈਆਂ ਦੇ ਘਰ ਤਾਂ ਕਾਰਾਂ ਵੀ ਹਨ ਖੜੀਆਂ। ਬਿਲਕੁਲ ਸਹੀ ਗੱਲ ਜੀ। ਹਾਂ ਸੱਚੀ ਬਾਤ ਕਰ ਰਿਹਾ ਮੇਰੇ ਦੋਸਤ ਜੀ ਜੀ। ਜੀਵਨ ਪੱਧਰ ਕਾਫੀ ਉਜਲਾ ਜਾਪੇ, ਪਰ ਜਿਉਣ ਦੇ ਹੁਣ ਬੇਅੰਤ ਸਿਆਪੇ। ਸਰਕਾਰੀ ਅਦਾਰਿਆਂ 'ਚ ਅਨੇਕਾਂ ਘੁਟਾਲੇ, ਤਾਹੀਓ ਕੀਮਤਾਂ ਨੇ ਅਸਮਾਨੀ ਚੜੀਆਂ। ਇਹ ਸਾਡੇ ਹਾਲਾਤ ਉਸ ਦੇਖਦੇ ਜਾਪੇ। ਦੇਸ਼ ਅਤੀ ਨਮੋਹਾ ਹੈ ਹੋਇਆ, ਰਿਸ਼ਤੇ ਨਾਤੇ ਵੀ ਉਹਨੀ ਰਾਹੀਂ ਤੁਰ ਪਏ, ਭੈਣ ਭਾਈਆਂ ਦੀ ਪ੍ਰੀਤ ਵੀ ਨਿਗਰੀ, ਪਿਆਰ ਦੀਆਂ ਤੰਦਾਂ ਰਹੀਆਂ ਨਾ ਜੁੜੀਆਂ। ਪਿਆਰ ਦੀਆਂ ਤੰਦਾਂ ਰਹੀਆਂ ਨਾ ਜੁੜੀਆਂ, ਨਿਗਲ ਗਿਆ ਚੰਦਰਾ ਸਫ਼ਰ ਸਮੇਂ ਦਾ, ਵਕਤ ਦੀਆਂ ਸੂਈਆਂ ਰੁਕੀਆਂ ਨਾ ਖੜੀਆਂ। ਪਿਆਰੇ ਯਾਦਾਂ ਬੀਤ ਗਈਆਂ ਮੇਰੇ ਪਿੰਡ ਦੀਆਂ, ਮੇਰੇ ਸੰਗ ਦੀਆਂ, ਮੇਰੇ ਦੋਸਤਾਂ ਦੀਆਂ, ਕੁਛ ਅੱਛੀਆਂ ਤੇ ਕੁਛ ਬੁਰੀਆਂ ਕਰੀਆਂ। ਪਰ ਮੇਰੇ ਗ੍ਰਾਂ ਟੂੰਡਾ ਮੈਂ ਉਹ ਪਿੰਡ ਮੇਰਾ, ਮੇਰੇ ਪਿਆਰ ਦੀਆਂ ਵਿਸਰੀਆਂ ਉਹ ਸੁਨਹਿਰੀ ਕਰੀਆਂ, ਜੋ ਮੇਰੇ ਬੀਤੇ ਬਿਤਾਏ ਸਨ ਮੇਰੀ ਜਿੰਦੂ ਨਾਲ, ਮੇਰੇ ਦੋਸਤੋ ਸਦਾ ਹੀ ਰਹਿਣੀਆਂ ਜੁੜੀਆਂ, ਸਦਾ ਹੀ ਰਹਿਣੀਆਂ ਜੁੜੀਆਂ। ਵਾਹ ਜੀ ਵਾਹ, ਵਾਹ ਜੀ। ਥੈਂਕ ਯੂ ਸਰ, ਸਮਾਂ ਦੇਣ ਦਾ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਧੰਨਗੁਰਦੇਵ ਜੀ, ਧੰਨਗੁਰਦੇਵ ਜੀ, ਵਾਹ। ਸਾਡੇ ਬਹੁਤ ਹੀ ਸਤਿਕਾਰਯੋਗ ਕਾਂਚੀ ਟੀਵੀ ਦੇ ਪ੍ਰੈਜੈਂਟਰ ਵੀ ਨੇ ਜੋ ਪਿਆਰੇ ਲਾਲ ਬੰਗੜ ਜੀ। ਸੋ ਆਪਣੇ ਪਿੰਡ ਦੀਆਂ ਯਾਦਾਂ ਸੁਣਾ ਕੇ ਗਏ ਨੇ, ਬਹੁਤ ਹੀ ਧੰਨਵਾਦ ਕਰਦੇ ਹਾਂ। ਤਾਂ ਅੱਜ ਗੱਲ ਚੱਲ ਰਹੀ ਹੈ ਮੇਰੇ ਪਿੰਡ ਦੀ। ਮੇਰਾ ਪਿੰਡ ਕੈਸ ਵੀਰ ਜੀ, ਜੀ ਤੁਹਾਨੂੰ ਵੀ ਤਾਂ ਕੋਈ ਨਾ ਕੋਈ ਯਾਦ ਹੋਊ ਆਪਣੇ ਪਿੰਡ ਦੀ, ਕੋਈ ਉਹ ਯਾਦ ਜਿਹਦੇ ਜਿਹੜੀ ਜਾਣ ਕੇ ਤੁਸੀਂ ਕਦੇ ਭੁਲਾ ਹੀ ਨਹੀਂ ਸਕਦੇ? ਭੁਲਾਉਣ ਵਾਲੀ ਗੱਲ ਹੀ ਨਹੀਂ ਜੀ। ਇੱਕ ਤਾਂ ਹਾਂਜੀ ਆਪਣੇ ਜਿਹਦਾ ਪਹਿਲਾਂ ਲਾਲੋਂ ਨੇ ਕਿਹਾ ਸੀ ਗੱਲਾਂ, ਬੇਚਣ ਦੀ ਤੁਹਾਡੇ ਯਾਰ ਦੋਸਤ ਜਿਹੜੇ ਸੀਗੇ ਇਸ ਵੇਲੇ ਉੱਥੇ, ਪਤਾ ਨਹੀਂ ਕਿੱਥੇ ਗਏ ਕਿੱਥੇ ਨਹੀਂ, ਕਈ ਅੱਗੇ ਪਿੱਛੇ ਹੋ ਗਏ ਆ, ਪਿੰਡ ਪਿੰਡਾਂ ਤੋਂ ਚੇਂਜ ਹੋ ਗਏ ਆ। ਤਾਂ ਆਪਣੇ ਜਿਹੜੇ ਯਾਰ ਦੀ ਗੱਲ ਹੈ, ਜਿਹੜੀ ਵੱਡੀ ਯਾਦ ਹੈ ਸਾਡੇ ਬਈ ਹੁੰਦੀ ਹੈ ਸਾਡੇ ਪਿੰਡ ਵਿੱਚ, ਬਈ ਤਾਂ ਵੈਸੇ ਸਾਰੇ ਪਾਸੇ ਜਾਂਦੀ ਆ, ਸਾਡੀ ਜ਼ਮੀਨ 'ਤੇ ਬਈ ਸੀਗੀ ਅਤੇ ਅਸੀਂ ਉੱਥੇ ਜਾਣੇ, ਜੋ ਪਹਿਲਾਂ ਹੁੰਦਾ ਸੀ ਪਾਣੀ ਬੜਾ ਕਲੀਨ ਹੁੰਦਾ ਸੀ ਪਿੱਛੋਂ ਪੀਦਾ ਸੀਗਾ। ਪਰ ਤੁਸੀਂ ਆਪਣੇ ਪਿੰਡ ਦਾ ਨਾਂ ਨਹੀਂ ਹਾਲ ਤੱਕ ਦੱਸਿਆ। ਪਿੰਡ ਸਾਡਾ ਜੀ ਕੰਨੀਵਾਲ ਜੀ, ਪਰ ਹਾਂਜੀ ਅੱਛਾ ਜੀ। ਤਾਂ ਉੱਥੇ ਜਿਹੜੇ ਇੱਦਾਂ ਸੀ, ਹੁਣ ਤੁਸੀਂ ਬਈ ਉਹੀ ਬਈ ਦੇਖੋ ਤਾਂ ਉੱਥੇ ਇੰਨਾ ਗੰਦ ਪਿਆ ਆ, ਹਰਿਆਈ ਹੋਈ ਆ। ਚਲੋ ਕੋਲ ਲਓ ਜੀ। ਜੈਗੋ ਦੇ ਕਦ ਕਿੱਥੇ ਬੋਲਦੇ ਜੀ? ਹਾਂਜੀ ਬਲਵੀਰ ਜੀ, ਤੁਹਾਨੂੰ ਅਤੇ ਰੂਪ ਜੀ ਨੂੰ ਅਤੇ ਮੋਮੀ ਸਾਹਿਬ ਨੂੰ, ਤੁਹਾਡੇ ਬਾਕੀ ਸਾਰੇ ਸਟਾਫ ਨੂੰ ਅਤੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਪੀਟਰਬਰਾ ਤੋਂ ਅਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਜੈ ਗੁਰਦੇਵ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ ਵਾਹ। ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ। ਅੱਜ ਰੂਪ ਜੀ ਦੇਖੋ ਕਿਸੇ ਦਾ ਜੀ ਨਹੀਂ ਕਰਦਾ ਪਿੰਡ ਛੱਡ ਕੇ ਕਿਤੇ ਜਾਈਏ, ਪਰ ਇੱਕ ਕੁਦਰਤ ਦਾ ਨਿਯਮ ਆ, ਭੁੱਖ ਨਾਲੋਂ ਵੱਡਾ ਦੁੱਖ ਕੋਈ ਨਹੀਂ। ਬਿਲਕੁਲ ਸਹੀ ਗੱਲ ਜੀ। ਮੌਤ ਨਾਲ ਵੱਡਾ ਡਰ ਕੋਈ ਨਹੀਂ ਤੇ ਭੁੱਖ ਨਾਲ ਵੱਡਾ ਦੁੱਖ ਕੋਈ ਨਹੀਂ। ਹਾਂਜੀ, ਇਹ ਦੁੱਖ ਕਰਕੇ ਸਾਰੇ ਬਾਹਰ ਆਏ ਹੋਏ, ਕੋਈ ਪਿੰਡ ਤੋਂ, ਕੋਈ ਸ਼ਹਿਰ ਤੋਂ, ਕੋਈ ਆਪਣੇ ਨਗਰ ਤੋਂ, ਕੋਈ ਆਪਣੇ ਇਲਾਕੇ ਤੋਂ, ਸਾਰੇ ਬਾਹਰ ਤਾਂ ਆਏ ਆ। ਹਾਲਾਂਕਿ ਕਿਉਂਕਿ ਭੁੱਖ ਚੀਜ਼ ਹੈ ਇੱਦਾਂ ਦੀ ਆ, ਕਿਸੇ ਨੇ ਖੱਤਾ ਵੇਚ ਕੇ ਬਾਹਰ ਆਏ ਆ, ਕੋਈ ਕਿਸੇ ਤੋਂ ਪੈਸੇ ਉਧਾਰੇ ਲੈ ਕੇ ਆਏ, ਵਾਪਸ ਮੋੜਾਂਗੇ ਫਿਰ ਮੋੜੇ ਵੀ ਆ ਜੀ। ਤੇ ਇਸ ਕਰਕੇ ਪਿੰਡ ਛੱਡਣਾ ਸੌਖਾ ਨਹੀਂ, ਪਰ ਭੁੱਖ ਨਾਲੋਂ ਵੱਡਾ ਦੁੱਖ ਵੀ ਕੋਈ ਨਹੀਂ। ਬਿਲਕੁਲ ਸਹੀ, ਬਿਲਕੁਲ ਸਹੀ ਆ ਜੀ। ਦੇਖੋ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਭੁੱਖ ਨਾਲੋਂ ਵੱਡਾ ਕੋਈ ਦੁੱਖ ਨਹੀਂ ਹੈ, ਬਾਕੀ ਇਹ ਸਹੀ ਗੱਲ ਆ। ਨਾਲ ਹੀ ਵੀ ਜਿੱਦਾਂ ਕਹਿੰਦੇ ਵੀ ਜਿੱਥੇ ਦਾ ਦਾਣਾ ਪਾਣੀ ਲਿਖਿਆ ਉਹ ਚੁਗਣਾ ਹੀ ਪੈਣਾ। ਬਿਲਕੁਲ 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 ਬਿਲਕੁਲ। ਹਾਂਜੀ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ, ਗੁਰੂ ਸਾਹਿਬ ਵੀ ਕਹਿੰਦੇ ਨੇ ਜੀ। ਬਿਲਕੁਲ। ਅਤੇ ਰੂਪ ਜੀ ਲਓ ਫਿਰ ਮੈਂ ਜੋ ਜਿਹੜੀ ਗੱਲਬਾਤ ਕਰਨੀ ਆ, ਜਿਹਦੇ ਜਿਵੇਂ ਸਾਡੇ ਬੰਗੜ ਸਾਹਿਬ ਕਹਿ ਗਏ ਵੀ ਅਸੀਂ ਥੋੜ੍ਹੇ ਜਿਹੇ ਸਾਲ ਹੋ ਗਏ ਪਿੱਛੇ ਗਏ ਪਿੰਡ ਜਾ ਕੇ ਆਏ। ਮੇਰਾ ਪਿੰਡ ਬੜਵਾ, ਨਵਾਂ ਸ਼ਹਿਰ ਤੋਂ 4 ਕਿਲ ਪਿੰਡ ਬੜਵਾ, ਅਤੇ ਅਸੀਂ ਫਿਰ ਨਵੇਂ ਸ਼ਹਿਰ ਰਹਿਣ ਲੱਗ ਪੈ ਸੀਗੇ ਜੀ। ਉੱਥੇ ਖਾਲਸਾ ਸਕੂਲੇ ਪੜ੍ਹਨਾ ਸੀ, ਸਾਡੇ ਡੈਡੀ ਨੇ ਫਿਰ ਉੱਥੇ ਮਕਾਨ ਬਣਾ ਲਏ, ਅਤੇ ਫਿਰ ਨਿਆਣਿਆਂ ਨੂੰ ਤਕਲੀਫ ਨਾ ਹੋਵੇ। ਉੱਥੋਂ ਸਾਈਕਲ 'ਤੇ ਆਈਦਾ ਸੀ ਪਿੰਡਾਂ ਤੋਂ ਜਿੱਦਾਂ ਜੀ ਜੀ, ਅਤੇ ਹਰ ਮਾਪਾ ਚਾਹੁੰਦਾ ਵੀ ਬੱਚਿਆਂ ਨੂੰ ਤਕਲੀਫ ਨਾ ਹੋਵੇ, ਸੁੱਖ ਦੇਈਏ ਜੀ। ਹਾਂਜੀ ਹਾਂਜੀ, ਅਤੇ ਅਸੀਂ ਫਿਰ ਨਵੇਂ ਸ਼ਹਿਰ ਰਹਿਣ ਲੱਗ ਪਏ ਸੀਗੇ। ਠੀਕ ਆ ਜੀ, ਠੀਕ ਆ। ਉੱਥੋਂ ਵੀ ਅਫਰੀਕਾ ਤੋਂ ਇੱਥੇ ਆ ਗਿਆ ਸੀ। ਵਾਹ ਜੀ ਵਾਹ।
ਤੇ ਪਿੰਡ ਤੇ ਯਾਦ ਆਉਂਦਾ ਹੀ ਹੈ ਜਿੱਥੇ ਕਬੱਡੀਆਂ ਖੇਲੀਆਂ, ਜਿੱਥੇ ਦਾਣੇ ਪਿਆਉਣ ਜਾਣਾ, ਜਿੱਥੇ ਸਭ ਕੁਛ ਕੀਤਾ ਜਿਵੇਂ ਬੰਗੜ ਸਾਹਿਬ ਨੇ ਕਿਹਾ ਹੀ ਆ। ਤੇ ਲੋ ਫਿਰ ਮੈਂ ਜਿਹੜਾ ਪਿੰਡ ਬਾਰੇ ਆਪਣੀ ਮਿੱਟੀ ਦੀ ਜਿਹੜਾ ਮਿੱਟੀ ਦਾ ਮੋਹ ਜਿਹਨੂੰ ਕਹਿੰਦੇ ਗੱਲਾਂ ਦਾ ਇੱਥੇ ਇਕੱਠੇ ਹੋਈ ਦਾ ਤਾਂ ਵੀ ਤਾਂ ਪਿੰਡ ਦੀਆਂ ਗੱਲਾਂ ਕਰਦੇ ਹੀ ਆ, ਉਹ ਇਸੇ ਕਰਕੇ ਕਰਦੇ ਆ ਕਿਉਂਕਿ ਮਿੱਟੀ ਦਾ ਮੋਹ ਕਹਿੰਦੇ ਉਹਨੂੰ ਜੀ। ਲਿਖਿਆ ਵੀ ਪਿੰਡ ਛੱਡ ਜਦੋਂ ਪਰਦੇਸੀ ਆਉਣ ਲੱਗੇ, ਪਿੰਡ ਛੱਡ ਜਦੋਂ ਪਰਦੇਸੀ ਆਉਣ ਲੱਗੇ, ਬੇਬੇ ਸ਼ਹਿਰ ਤੱਕ ਪਰਿਵਾਰ ਦੇ ਨਾਲ ਆਈ, ਓਏ ਕਦੇ ਮੂੰਹ ਚੁੰਮੇ ਤੇ ਕਦੇ ਸਿਰ ਤੇ ਹੱਥ ਫੇਰੇ, ਭਰੇ ਦਿਲ ਚੋਂ ਮਮਤਾ ਦੀ ਭਰੀ ਅਸੀਸ ਆਈ। ਵਾਹ ਜੀ ਵਾਹ। ਰੋਂਦੀ ਸੀ ਪਿੰਡ ਛੱਡ ਜਦੋਂ ਪਰਦੇਸੀ ਆਉਣ ਲੱਗੇ, ਬੇਬੇ ਸ਼ਹਿਰ ਤੱਕ ਪਰਿਵਾਰ ਦੇ ਨਾਲ ਆਈ, ਕਦੇ ਮੂੰਹ ਚੁੰਮੇ ਤੇ ਕਦੇ ਸਿਰ ਤੇ ਹੱਥ ਫੇਰੇ, ਭਰੇ ਦਿਲ ਚੋਂ ਮਮਤਾ ਭਰੀ ਅਸੀਸ ਆਈ, ਬਈ ਭੈਣਾਂ ਭਾਈਆਂ ਦੀਆਂ ਧਾਹਾਂ ਅੰਬਰ ਛੂਹਣ ਲੱਗੀਆਂ। ਵਾਹ ਜੀ। ਭੈਣਾਂ ਭਾਈਆਂ ਦੀਆਂ ਧਾਹਾਂ ਅੰਬਰ ਛੂਹਣ ਲੱਗੀਆਂ, ਗੱਡੀ ਸਟੇਸ਼ਨ ਤੇ ਜਦੋਂ ਆ ਖੜੀ ਹੋਈ, ਗੱਡੀ ਤੁਰੀ ਤੇ ਦੂਰ ਤੱਕ ਮੈਂ ਰਿਹਾ ਵੇਂਦਾ, ਚੁੰਨੀ ਦੰਦਾਂ ਵਿੱਚ ਬੇਬੇ ਸੀ ਘੁੱਟ ਫੜੀ ਹੋਈ। ਵਾਹ ਜੀ ਵਾਹ। ਭੈਣਾਂ ਭਾਈਆਂ ਦੀਆਂ ਧਾਹਾਂ ਅੰਬਰ ਛੂਹਣ ਲੱਗੀਆਂ, ਗੱਡੀ ਸਟੇਸ਼ਨ ਤੇ ਜਦੋਂ ਆ ਖੜੀ ਹੋਈ, ਓਏ ਗੱਡੀ ਤੁਰੀ ਤੇ ਦੂਰ ਤੱਕ ਮੈਂ ਰਿਹਾ ਵੇਂਦਾ, ਚੁੰਨੀ ਦੰਦਾਂ ਵਿੱਚ ਬੇਬੇ ਸੀ ਘੁੱਟ ਫੜੀ ਹੋਈ। ਰੂਪ ਜੀ, ਚੁੰਨੀ ਦੰਦਾਂ ਵਿੱਚ ਬੇਬੇ ਸੀ ਘੁੱਟ ਫੜੀ ਹੋਈ। ਵਾਹ ਜੀ ਵਾਹ। ਮਾਂ ਦੀ ਮਮਤਾ ਜਾਨ ਨਿਕਲੀ ਪਈ ਸੀ ਉਹਦੀ। ਬਿਲਕੁਲ ਸਹੀ ਗੱਲ ਜੀ, ਬਿਲਕੁਲ ਸਹੀ। ਬਈ ਭੁੱਖ ਨਾਲੋਂ ਨਾ ਵੱਡਾ ਦੁੱਖ ਕੋਈ। ਵਾਹ ਜੀ। ਭੁੱਖ ਨਾਲੋਂ ਨਾ ਵੱਡਾ ਦੁੱਖ ਕੋਈ, ਇਹ ਤੋਂ ਛੁਟਕਾਰਾ ਪਾਉਣਾ ਪਾਉਣ ਖਾਤਰ ਬਾਹਰ ਦਾ ਰੁੱਖ ਕੀਤਾ, ਅਣਖ ਆਣ ਵੀ ਦਾ ਤੇ ਲਾ ਛੱਡੀ, ਨਾਲੇ ਕੌੜਾ ਜ਼ਹਿਰ ਜੁਦਾਈ ਦਾ ਘੁੱਟ ਪੀਤਾ। ਵਾਹ ਮਾਤਾ, ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਸ਼ੁਕਰੀਆ। ਭੁੱਖ ਨਾਲੋਂ ਨਾ ਵੱਡਾ ਦੁੱਖ ਕੋਈ, ਇਹ ਤੋਂ ਛੁਟਕਾਰਾ ਪਾਉਣ ਖਾਤਰ ਬਾਹਰ ਦਾ ਰੁੱਖ ਕੀਤਾ, ਅਣਖ ਆਣ ਵੀ ਦਾ ਤੇ ਲਾ ਛੱਡੀ, ਨਾਲੇ ਕੌੜਾ ਜ਼ਹਿਰ ਜੁਦਾਈ ਦਾ ਘੁੱਟ ਪੀਤਾ, ਬਈ ਜਿਸ ਮਿੱਟੀ ਤੋਂ ਜੁਦੇ ਨਾ ਰਹਿ ਸਕੀਏ, ਜਿਸ ਮਿੱਟੀ ਤੋਂ ਜੁਦੇ ਨਾ ਰਹਿ ਸਕੀਏ, ਉਸ ਮਾਂ ਨਾਲੋਂ ਵੀ ਦਿੱਤਾ ਤੋੜ ਸਾਨੂੰ, ਮਾਂ ਦੀ ਮਮਤਾ ਤੋਂ ਸਖਣਾ ਜਿਉਣ ਕਾਹਦਾ, ਗੈਰਾਂ ਨਾਲ ਹੈ ਦਿੱਤਾ ਜੋੜ ਸਾਨੂੰ। ਵਾਹ ਜੀ ਵਾਹ, ਵਾਹ ਜੀ। ਜਿਸ ਮਿੱਟੀ ਤੋਂ, ਬਹੁਤ ਸ਼ੁਕਰੀਆ, ਜਿਸ ਮਿੱਟੀ ਤੋਂ ਜੁਦੇ ਨਾ ਰਹਿ ਸਕੀਏ, ਉਸ ਮਾਂ ਨਾਲੋਂ ਵੀ ਦਿੱਤਾ ਤੋੜ ਸਾਨੂੰ। ਕਿਹਨੇ ਤੋੜਿਆ ਜੀ? ਭੁੱਖ ਨੇ। ਭੁੱਖ ਨੇ। ਜਿਸ ਮਿੱਟੀ ਤੋਂ ਜੁਦੇ ਨਾ ਰਹਿ ਸਕੀਏ, ਉਸ ਮਾਂ ਨਾਲੋਂ ਵੀ ਦਿੱਤਾ ਤੋੜ ਸਾਨੂੰ, ਓਏ ਮਾਂ ਦੀ ਮਮਤਾ ਤੋਂ ਸਖਣਾ ਜਿਉਣ ਕਾਹਦਾ, ਗੈਰਾਂ ਨਾਲ ਹੈ ਦਿੱਤਾ ਜੋੜ ਸਾਨੂੰ। ਰੂਪ ਜੀ, ਮਾਂ ਦੀ ਮਮਤਾ ਤੋਂ ਸਖਣਾ ਜਿਉਣ ਕਾਹਦਾ, ਗੈਰਾਂ ਨਾਲ ਹੈ ਦਿੱਤਾ ਜੋੜ ਸਾਨੂੰ, ਬਈ ਭੁੱਖ ਨੇ ਗੈਰਾਂ ਨਾਲ ਦਿੱਤਾ ਹੈ ਜੋੜ ਸਾਨੂੰ। ਵਾਹ ਜੀ ਵਾਹ, ਵਾਹ ਜੀ ਵਾਹ। ਅੱਗੇ ਲਿਖਿਆ ਜੀ ਬਈ, ਰਿਸ਼ਤਾ ਮਿੱਟੀ ਦਾ ਬੰਦੇ ਨਾਲ ਬੜਾ ਗੂੜਾ ਜੀ, ਰਿਸ਼ਤਾ ਮਿੱਟੀ ਦਾ ਬੰਦੇ ਨਾਲ ਬੜਾ ਗੂੜਾ, ਕਦੇ ਹੋਏ ਨਾ ਕਿਸੇ ਤੋਂ ਅੱਡ ਮਿੱਟੀ, ਕੋਈ ਮਿੱਟੀ ਨਾਲ ਮਿੱਟੀ ਰਹੇ ਬਣਿਆ, ਕੋਈ ਪੈਰਾਂ ਹੇਠੋਂ ਦੇ ਕੱਢ ਮਿੱਟੀ। ਵਾਹ ਜੀ ਵਾਹ। ਕੋਈ ਕਿਸੇ ਨੂੰ ਮਿੱਟੀ ਵਿੱਚ ਕਰੇ ਮਿੱਟੀ, ਕੋਈ ਕਿਸੇ ਨੂੰ ਮਿੱਟੀ ਵਿੱਚ ਕਰੇ ਮਿੱਟੀ, ਕੋਈ ਕਿਸੇ ਦੀ ਕੀਤੀ ਤੇ ਪਾਏ ਮਿੱਟੀ, ਆਪਣੀ ਮਿੱਟੀ ਨਾਲ ਸਭਨਾ ਪਿਆਰ ਹੁੰਦਾ, ਇਸੇ ਕਰਕੇ ਸਤਿਕਾਰੀ ਜਾਏ ਮਿੱਟੀ। ਵਾਹ ਜੀ ਵਾਹ। ਕੋਈ ਕਿਸੇ ਨੂੰ ਮਿੱਟੀ ਵਿੱਚ ਕਰੇ ਮਿੱਟੀ, ਕੋਈ ਕਿਸੇ ਦੀ ਕੀਤੀ ਤੇ ਪਾਏ ਮਿੱਟੀ, ਓਏ ਆਪਣੀ ਮਿੱਟੀ ਨਾਲ ਸਭਨਾ ਪਿਆਰ ਹੁੰਦਾ, ਇਸੇ ਕਰਕੇ ਸਤਿਕਾਰੀ ਜਾਏ ਮਿੱਟੀ। ਰੂਪ ਜੀ, ਆਪਣੀ ਮਿੱਟੀ ਨਾਲ ਸਭਨਾ ਪਿਆਰ ਹੁੰਦਾ, ਇਸੇ ਕਰਕੇ ਸਤਿਕਾਰੀ ਜਾਏ ਮਿੱਟੀ, ਮੇਰੇ ਵੀਰ ਇਸੇ ਕਰਕੇ ਸਤਿਕਾਰੀ ਜਾਏ ਮਿੱਟੀ। ਕੀ ਬਾਤਾਂ, ਵਾਹ ਜੀ ਵਾਹ। ਆਖਰੀ ਬੰਦ ਆ ਰੂਪ ਜੀ ਤੁਹਾਡੀ ਸੇਵਾ ਚ ਜੀ, ਬਈ ਆਪਣੇ ਪਿੰਡ ਦੀ ਮਿੱਟੀ ਦੀ ਮਹਿਕ ਵੱਖਰੀ, ਆਹਾ, ਆਪਣੇ ਪਿੰਡ ਦੀ ਮਿੱਟੀ ਦੀ ਮਹਿਕ ਵੱਖਰੀ, ਹੋਵੇ ਝੰਗ ਸਿਆਲ ਤੇ ਭਾਵੇਂ ਤਖਤ ਹਜ਼ਾਰੇ ਦੀ ਮਿੱਟੀ, ਆਪਣੀ ਮਿੱਟੀ ਦਾ ਇਸ ਨੂੰ ਮੋਹ ਕਹਿੰਦੇ, ਸਾਰੇ ਜਹਾਨ ਤੋਂ ਲੱਗੇ ਪਿਆਰੀ ਪਿੰਡ ਪਿਆਰੇ ਦੀ ਮਿੱਟੀ। ਵਾਹ ਜੀ ਵਾਹ। ਆਪਣੇ ਪਿੰਡ ਦੀ ਮਿੱਟੀ ਦੀ ਮਹਿਕ ਵੱਖਰੀ, ਹੋਵੇ ਝੰਗ ਸਿਆਲ ਤੇ ਭਾਵੇਂ ਤਖਤ ਹਜ਼ਾਰੇ ਦੀ ਮਿੱਟੀ, ਓਏ ਆਪਣੀ ਮਿੱਟੀ ਦਾ ਇਸ ਨੂੰ ਮੋਹ ਕਹਿੰਦੇ, ਸਾਰੇ ਜਹਾਨ ਤੋਂ ਲੱਗੇ ਪਿਆਰੀ
ਪਿੰਡ ਪਿਆਰੇ ਦੀ ਮਿੱਟੀ ਬਈ ਆਪਣੀ ਮਾਤ ਭੂਮੀ ਦੀ ਕਦੇ ਨਾ ਭੁੱਲੇ ਯਾਦ ਭੋਗਲ। ਅਸੀਂ ਲਾਇਬ੍ਰੇਰੀ ਬੈਠੇ ਤਾਂ ਵੀ ਗੱਲਾਂ ਕਰਦੇ ਮੈਂ ਕਹਿ ਹਟਿਆ ਜੀ ਆਪਣੀ ਮਾਤ ਭੂਮੀ ਦੀ ਕਦੇ ਨਾ ਭੁੱਲੇ ਯਾਦ ਭੋਗਲ ਗੱਲ ਗੱਲ ਤੇ ਆਏ ਯਾਦ ਪਿੰਡ ਦੀ ਮਿੱਟੀ ਓਏ ਜੁਗ ਜੁਗ ਜੀਵੇ ਤੇ ਰਹੇ ਆਬਾਦ ਪਿੰਡ ਕਦੇ ਸੁਪਨੇ ਵਿੱਚ ਵੀ ਦਿਸ ਪੈਂਦੀ ਪਿੰਡ ਦੀ ਮਿੱਟੀ ਜੁਗ ਜੁਗ ਜੀਵੇ ਤੇ ਰਹੇ ਆਬਾਦ ਪਿੰਡ ਕਦੇ ਸੁਪਨੇ ਵਿੱਚ ਵੀ ਇਸ ਦਿਸ ਪੈਂਦੀ ਪਿੰਡ ਦੀ ਮਿੱਟੀ ਰੂਪ ਜੀ ਜੁਗ ਜੁਗ ਜੀਵੇ ਮੇਰੇ ਰਹੇ ਆਬਾਦ ਪਿੰਡ ਕਦੇ ਸੁਪਨੇ ਵਿੱਚ ਵੀ ਦਿਸ ਪੈਂਦੀ ਪਿੰਡ ਦੀ ਮਿੱਟੀ ਰੂਪ ਜੀ ਕਦੇ ਸੁਪਨੇ ਵਿੱਚ ਵੀ ਦਿਸ ਪੈਂਦੀ ਪਿੰਡ ਦੀ ਮਿੱਟੀ ਸਾਰੇ ਆਲ ਦੁਆਲਾ ਅੱਖਾਂ ਦੇ ਸਾਹਮਣੇ ਕਈ ਵਾਰੀ ਆ ਜਾਂਦੇ ਪਏ ਇੱਥੇ ਕਬਰਾਂ ਹੁੰਦੀਆਂ ਸੀਆਂ ਇੱਥੇ ਕਬੱਡੀ ਖੇਡਦੇ ਹੁੰਦੇ ਸੀਗੇ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਇੱਥੇ ਨਹਾਉਂਦੇ ਹੁੰਦੇ ਸੀਗੇ ਜੀ ਪਰ ਬਚਪਨ ਦੀਆਂ ਦੇਖੋ ਸਰ ਜੀ ਉਹ ਕਈ ਯਾਦਾਂ ਤੁਹਾਡੇ ਮਨ 'ਚ ਵਸੀਆਂ ਹੁੰਦੀਆਂ ਪਰ ਕਈ ਵਾਰੀ ਉੱਥੇ ਤੁਸੀਂ ਜਾਂਦੇ ਆ ਉਹ ਚੀਜ਼ ਉੱਥੇ ਤੁਹਾਨੂੰ ਦਿਸਦੀ ਨਹੀਂ ਜਿਹੜੀ ਤੁਸੀਂ ਛੱਡ ਕੇ ਆਉਂਦੇ ਹੁੰਦੇ ਨਹੀਂ ਹੁਣ ਹੈ ਨਹੀਂ ਮੈਂ ਤਾਂ ਪੰਜ ਛੇ ਸਾਲ ਪਹਿਲਾਂ ਗਏ ਆ ਨਾ ਉਹ ਮਿੱਤਰ ਦਿਸੇ ਆ ਕੋਈ ਤੇ ਘਰ ਵੀ ਸਾਰੇ ਹੋਰ ਬਣੇ ਹੋਏ ਨੇ ਜੀ ਮੈਨੂੰ ਤੇ ਪਤਾ ਵੀ ਨਹੀਂ ਲੱਗਾ ਇੱਕ ਚੀਜ਼ ਮੈਂ ਪਛਾਣੀ ਸੀ ਦੂਰੋਂ ਮੁੰਡਾ ਗੱਡੀ ਚਲਾਉਂਦਾ ਸੀਗਾ ਸਾਡਾ ਤੇ ਮੈਂ ਮੈਨੂੰ ਕਹਿੰਦਾ ਮਾਸਟਰ ਜੀ ਕੋ ਪਛਾਣਿਆ ਮੈਂ ਕਿਹਾ ਯਾਰ ਉਹ ਇੱਕ ਆਪਣੇ ਹੁੰਦਾ ਸੀਗਾ ਆਪਣੇ ਉੱਥੇ ਸਾਈਂ ਕੋਈ ਸਾਈਂ ਸਾਡਾ ਪਿੰਡ ਮੁਸਲਮਾਨਾਂ ਦਾ ਹੁੰਦਾ ਸੀ ਬੜਵਾ ਪਿੰਡ ਜੀ ਜੀ ਤੇ ਉੱਥੇ ਸਾਈਂ ਦੀ ਕਬਰ ਸੀਗੀ ਤੇ ਬਹੁਤ ਵੱਡਾ ਆਲ ਦੁਆਲੇ ਉਹਨਾਂ ਦਾ ਜਿੱਦਾਂ ਇਹਦੀ ਮਸੀਤ ਹੁੰਦੀ ਆ ਏਡਾ ਸੀ ਬਾਗ ਸੀ ਅੰਬਾਂ ਦਾ ਉੱਥੋਂ ਸ਼ਾਮ ਨੂੰ ਅੰਬ ਤੋੜ ਕੇ ਲਿਆਏਦੇ ਸੀ ਚਟਣੀ ਬਣਾਉਣ ਵਾਸਤੇ ਗਰਮੀਆਂ ਨੂੰ ਤੇ ਉਹ ਮੈਂ ਆਪ ਗੈਰੀ ਨੂੰ ਕਿਹਾ ਮੈਂ ਕਹਿੰਦਾ ਮਾਸਟਰ ਜੀ ਕੋ ਪਛਾਣਿਆ ਪਿੰਡ ਮੈਂ ਕਿਹਾ ਯਾਰ ਉਹ ਜਗ੍ਹਾ ਜਿਹੜੀ ਆ ਉਹ ਪਛਾਣੀ ਮੈਂ ਕਿਹਾ ਮੈਂ ਉਹ ਮੈਂ ਕਿਹਾ ਉਹ ਮਸੀਤ ਆ ਮੈਂ ਕਿਹਾ ਉਹ ਬਾਕੀ ਸਾਰਾ ਜਿਹਦਾ ਤੁਸੀਂ ਬਿਲਕੁਲ ਸੀ ਘਰ ਵੀ ਬਦਲੇ ਹੋਏ ਨੇ ਸਾਰਾ ਕੁਛ ਬਦਲਿਆ ਹੋਇਆ ਸੀਗਾ ਤੇ ਕਦੇ ਕਦੇ ਉੱਥੇ ਸਾਡੇ ਨਵੇਂ ਸ਼ਹਿਰ ਤੋਂ ਗੋਦੋਂ ਆਉਂਦਾ ਸੀ ਗੱਦੀ ਤੇ ਸਬਜ਼ੀਆਂ ਵੇਚਣ ਵਾਸਤੇ ਤੇ ਜਾਂ ਉਹ ਸਾਡੀ ਗਲੀ ਇੰਨੀ ਭੀੜੀ ਹੁੰਦੀ ਸੀਗੀ ਜਾਂ ਉਹ ਲੰਘ ਸਕਦਾ ਸੀਗਾ ਸਾਈਕਲ ਗੱਦੀ ਦੇ ਨਾਲ ਤੇ ਜਾਂ ਫਿਰ ਮੈਂ ਸਾਈਕਲ ਅਸੀਂ ਇੱਕ ਪਾਸੇ ਖੜ ਜਾਣਾ ਜਾਂ ਉਹ ਲੰਘੇ ਜਾਂ ਮੈਂ ਲੰਘੇ ਤੇ ਹੁਣ ਕੀ ਹੋਇਆ ਉੱਥੇ ਰੂਪ ਜੀ ਤੁਸੀਂ ਆਹ ਗੱਲ ਕੀਤੀ ਮੈਂ ਤੁਹਾਨੂੰ ਯਾਦ ਕਰ ਮੈਂ ਸਮਾਂ ਨਹੀਂ ਸੀ ਲੈਣਾ ਚਾਹੁੰਦਾ ਹੁਣ ਸਾਡੀ ਲੈਂਡ ਰੋਵਰ ਸਿੱਧੀ ਘਰ ਦੇ ਮੋਹਰੇ ਖੜੀ ਹੋ ਗਈ ਜਾਂ ਏਦਾਂ ਹੀ ਆ ਜੀ ਬਿਲਕੁਲ ਹਾਂਜੀ ਬਦਲ ਗਿਆ ਸਭ ਕੁਝ ਸਾਰਾ ਕੁਝ ਬਦਲ ਗਿਆ ਜੀ ਜੀ ਤੇ ਬਹੁਤ ਬਹੁਤ ਧੰਨਵਾਦ ਆਪਣੇ ਰੂਪ ਜੀ ਬਹੁਤ ਸ਼ਾਨਦਾਰ ਖੂਬਸੂਰਤ ਪ੍ਰੋਗਰਾਮ ਹੁੰਦਾ ਤੇ ਮੋਮੀ ਸਾਹਿਬ ਦਾ ਇਸ ਕਰਕੇ ਬਹੁਤ ਧੰਨਵਾਦ ਕਰਨਾ ਚਾਹੀਦਾ ਇਹ ਪ੍ਰੋਗਰਾਮ ਬਹੁਤ ਵਧੀਆ ਤੇ ਵਧੀਆ ਬਣਾਉਂਦੇ ਰਹਿੰਦੇ ਨੇ ਜੀ ਜੀ ਓਕੇ ਰੂਪ ਜੀ ਥੈਂਕ ਯੂ ਸਰ ਜੀ ਥੈਂਕ ਯੂ ਵੈਰੀ ਮਚ ਜੀ ਥੈਂਕ ਯੂ ਭੁੱਲਾ ਚੁੱਕਾਂ ਦੀ ਖਿਮਾ ਤੇ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੋਈ ਨਹੀਂ ਜੀ ਇਦਾਂ ਦੀਆਂ ਤੁਸੀਂ ਭੁੱਲਾ ਚੁੱਕਾ ਕਰੀ ਜਾਇਆ ਕਰੋ ਇਦਾਂ ਹਮੇਸ਼ਾ ਤੁਹਾਨੂੰ ਕਹਿੰਦੇ ਆ ਦੇਖੋ ਕਿੰਨੇ ਆ ਸੋਹਣੀਆਂ ਉਹ ਯਾਦਾਂ ਦੀਆਂ ਜਾਣੀ ਕਿ ਗੱਲਾਂ ਕਰਕੇ ਗਏ ਨੇ ਸਾਡੇ ਗੁਰਦੇਵ ਸਿੰਘ ਪੋਗਲ ਜੀ ਪਤਾ ਨਹੀਂ ਜਾਣੀ ਕਿ ਮੈਂ ਇਹਨਾਂ ਦਾ ਕਿੱਦਾਂ ਧੰਨਵਾਦ ਕਰਾਂ ਜਿੰਨੇ ਵੀ ਸਾਡੇ ਕੋਲਰ ਆਉਂਦੇ ਨੇ ਇੰਨੇ ਵਧੀਆ ਵਧੀਆ ਵਿਚਾਰ ਲੈ ਕੇ ਆਉਂਦੇ ਨੇ ਬਹੁਤ ਹੀ ਧੰਨਵਾਦ ਕਰਦਾ ਹਾਂ ਸਾਡੇ ਸਰਦਾਰ ਪੋਗਲ ਜੀ ਹੋਰਾਂ ਦਾ ਅਤੇ ਅਗਲੀ ਕੋਲ ਲਓ ਵੀਰ ਜੀ ਜੈ ਗੁਰਦੇਵ ਜੀ ਕੌਣ ਤੋਂ ਕਿੱਥੋਂ ਬੋਲਦੇ ਜੀ ਹੈਲੋ ਭਾਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦੇ ਸਰ ਜੀ ਮੈਂ ਰਾਜ ਬੋਲਦਾ ਜੀ ਸੌਦਾ ਤੋਂ ਹਾਂਜੀ ਰਾਜ ਜੀ ਕੀ ਹਾਲ ਚਾਲ ਨੇ ਜੀ ਬਸ ਮੇਰਾ ਤੁਹਾਡੀਆਂ ਬੜੀ ਦੇਰ ਬਾਅਦ ਆਵਾਜ਼ ਸੁਣਨ ਨੂੰ ਮਿਲੀ ਤੁਹਾਡੀ ਨਹੀਂ ਪਿਛਲੀ ਵਾਰ ਵੀ ਆਇਆ ਸੀ ਮੈਂ ਤੇ ਮਤਲਬ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਚੱਲਦਾ ਜੀ ਤੇ ਜਿਹੜਾ ਭਟੰਗੀ ਸਾਹਿਬ ਨੇ ਥੋੜੇ ਬੜੇ ਬੜੇ ਕਲਾਕਾਰ ਵਾ ਤੁਹਾਡੇ ਕੋਲ ਆਉਂਦੇ ਇਸਦਾ ਜੀ ਭਟੰਗੀ ਸਾਹਿਬ ਨੇ ਮੇਰੇ ਸਾਰਾ ਮੇਰੇ ਪਿੰਡ ਦਾ ਨਕਸ਼ਾ ਮੈਂ ਦਿਖਾ ਸੁਣਾ ਤਾ ਅੱਛਾ ਰਾਜ ਜੀ ਪਹਿਲਾਂ ਇਹ ਦੱਸੋ ਵੀ ਆਪਣਾ ਪਿੰਡ ਕਿਹੜਾ ਸ਼ੋਕਰਾ ਪਿੰਡ ਆ ਮੇਰਾ ਜੀ ਅਪਰਾ ਅਪਰਾ ਹਾਂਜੀ ਅਪਰਾ ਤੇ ਸ਼ੋਕਰਾ ਸੇਮ ਆ ਫਲੋਰ ਦੇ ਲਾਗੇ ਫਲੋਰ ਹਾਂਜੀ ਫਲੋਰ ਦੇ ਨਾਲ ਸਾਡੀ ਲੱਲੀ ਆ ਤੇ ਜੋ ਵੀ ਨਾ ਉਹਨੂੰ ਦੱਸਿਆ ਜੀ ਉਹ ਦੋ ਦੋ ਕਿਲੋਮੀਟਰ ਲਾਗੇ ਵੀ ਅਸੀਂ ਮਿਡਲ ਵਿੱਚ ਆ ਮਤਲਬ ਤੁਸੀਂ ਉਹਨਾਂ ਦੇ ਗੁਆਂਢੀ ਆ ਮੈਂ ਸਾਰੇ ਗੁਆਂਢੀ ਆ ਮੇਰੇ ਠੀਕ ਹੈ ਹੋਰ ਕੀ ਕਹੋਗੇ ਜੀ ਜਿਹੜਾ ਆਪਣੇ ਆਉਂਦਾ ਹੈਗਾ ਮੁੰਡਾ ਮੈਨੂੰ ਜ਼ਿਆਦਾ ਭੁੱਲ ਗਿਆ ਮੈਨੂੰ ਉਹ ਵੀ ਅਪਰੇ ਤੋਂ ਆ ਪ੍ਰੋਗਰਾਮ ਦਿੰਦਾ ਅੱਛਾ ਜੀ ਹਰ ਮੰਡੇ ਠੀਕ ਹੈ ਜਿਹੜੇ ਘੋੜੀਆਂ ਘੜੀਆਂ ਨਹੀਂ ਸੁਣਾਉਂਦੇ ਹੁੰਦੇ ਖੇਤਾਂ ਭਰਨ ਨੂੰ ਕਹਿੰਦਾ ਖੇਤਾਂ ਬੀਬੀ ਰਾਣੀ ਜੀ ਰਾਣੀ ਹਾਂਜੀ 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 ਅੱਛਾ 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 ਠੀਕ ਹੈ ਜੀ ਉਹ ਵੀ ਸਾਡੇ ਪਰੇ ਦੇ ਹੀ ਆ ਠੀਕ ਹੈ ਠੀਕ ਹੈ ਹਾਂਜੀ ਤੁਹਾਡਾ ਪਰਿਵਾਰ ਇਕੱਠਾ ਹੋ ਗਿਆ ਮੋਮੀ ਵੀ ਸਾਡੇ ਪਿੰਡ ਦਾ ਹੀ ਆ ਹਾਂਜੀ ਹਾਂਜੀ ਇਹ ਵੀ ਤੁਹਾਡੇ ਕੋਲ ਗੁਆਂਢੀ ਆ ਹਾਂਜੀ ਹਾਂਜੀ ਕੀ ਲੈ ਕੇ ਆਏ ਹਾਂਜੀ ਨਹੀਂ ਬਸ ਥੈਂਕ ਯੂ ਵੈਰੀ ਮਚ ਮੈਂ ਤਾਂ ਇਹੀ ਕਹਿੰਦਾ ਬਹੁਤ ਵਧੀਆ ਤੇ ਪਿੰਡ ਦਾ ਹਾਲ ਤਾਂ ਸੁਣਾਇਆ ਦਿੱਤਾ ਭਜੰਗੀ ਸਾਹਿਬ ਹੋਣੀ
ਸਾਡਾ ਬਾਕੀ ਕਹਿੰਦੇ ਤੂਤ ਵਾਲੀ ਛਾਂ ਹੋਵੇ ਮਨ ਕਰਦਾ ਕਿਤੇ ਮਿਲੀਏ ਕਿਤੇ ਜਰੂਰ ਮਿਲਾਂਗੇ ਜੀ ਜਰੂਰ ਮਿਲਾਂਗੇ ਜਰੂਰ ਮਿਲਾਂਗੇ ਵੀਰ ਜੀ ਕੋਈ ਗੱਲ ਨੀ ਭਾਜੀ ਮੈਂ ਕਿਹਾ ਜੀ ਸਾ ਕੇ ਜੀਆਂ ਨੂੰ ਵੈਲਕਮ ਥੈਂਕ ਯੂ ਜੀ ਥੈਂਕ ਯੂ ਵਾਹ ਜੀ ਵਾਹ ਵੈਲਕਮ ਵੈਲਕਮ ਟੂ ਯੂ ਥੈਂਕ ਯੂ ਜੀ ਬੜੀ ਤਾਰੀਫ ਕਰਕੇ ਗਏ ਨੇ ਤੋ ਯਾਦਾਂ ਤਾਂ ਦੇਖੋ ਜੀ ਹੁਣ ਭੋਗਲ ਜੀ ਹੋਣੀ ਵੀ ਸਾਡੇ ਬੰਗੜ ਜੀ ਹੋਣੀ ਬਹੁਤ ਕੁਛ ਸੁਣਾ ਗਏ ਆ ਤੇ ਉਹ ਜਿੱਦਾਂ ਗੁਰਦਾਸ ਮਾਨ ਜੀ ਹੋਣਾ ਨੇ ਲਿਖਿਆ ਸੀ ਮੁੜ ਮੁੜਿਆ ਦਿਸਤਾ ਵੇ ਪਿੰਡ ਦੀਆਂ ਗਲੀਆਂ ਦੀ ਮੁੜ ਮੁੜਿਆ ਦਿਸਤਾ ਵੇ ਪਿੰਡ ਦੀਆਂ ਗਲੀਆਂ ਦੀ ਹੋ ਕਦੇ ਦੀ ਫਿਰਦੀ ਬੀਬੀ ਫਲੀਆਂ ਦੀ ਸਸਤੀ ਲੈ ਲਓ ਦਰਜਣ ਕੇਲੇ ਫਲੀਆਂ ਦੀ ਹੋ ਕੇਲੇ ਫਲੀਆਂ ਦੀ ਕੁੜਤੀ ਕੌਣ ਦੁਆਵੇ ਗੁੜ ਦੀਆਂ ਡਲੀਆਂ ਦੀ ਹੋ ਕੁੜਤੀ ਕੌਣ ਦੁਆਵੇ ਗੁੜ ਦੀਆਂ ਡਲੀਆਂ ਦੀ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਹੋ ਪਿੰਡ ਦੀਆਂ ਗਲੀਆਂ ਦੀ ਹੋ ਪਿੰਡ ਦੀਆਂ ਗਲੀਆਂ ਦੀ ਕੋਲੋ ਵੀਰ ਜੀ ਜੈਗੋ ਦੇ ਕੰਦ ਕਿੱਥੇ ਬੋਲਦੇ ਜੀ ਹਾਂਜੀ ਮੈਂ ਸੂਰਤ ਸਾਂਝ ਬੋਲਦਾ ਕੌਣ ਜੀ ਸੂਰਤ ਜਿਹੜਾ ਤੁਸੀਂ ਗੀਤ ਗਾਉਂਦੇ ਆ ਨਾ ਜਿਹੜੀ ਆਵਾਜ਼ ਹੈ ਤੁਹਾਡੀ ਬਹੁਤ ਗੀਤ ਬੜਾ ਅੱਛਾ ਗਾਉਂਦੇ ਆ ਤੁਸੀਂ ਮੈਂ ਤੁਹਾਨੂੰ ਬਾਕੀ ਗੱਲ ਆ ਹਾਂਜੀ ਦਸਾਂ ਜੀ ਇੱਕ ਮਿੰਟ ਚਲੋ ਉੱਥੇ ਦੀਆਂ ਫਿਰ ਯਾਦਾਂ ਦੱਸੋ ਤੁਸੀਂ ਉਹਦਾ ਯਾਦਾਂ ਇਹ ਆ ਕਿ ਉਹਦੇ ਚ ਨਾ ਮੈਨੂੰ ਪਾਓ ਮੈਨੂੰ ਟੈਲੀਫੋਨ ਤੇ ਲਾਇਓ ਮੈਂ ਥੋੜੀ ਜਿਹੀ ਇੰਨੀ ਗੱਲ ਕਰਨੀ ਚਾਹੁੰਦਾ ਜੀ ਜਿੱਥੇ ਹੀਰ ਤੇ ਰਾਂਝੇ ਦਾ ਮੇਲ ਹੋਇਆ ਸੀ ਨਾਰੇ ਤੇ ਉਹ ਵੀ ਇੱਕ ਜਗ੍ਹਾ ਪੂਜਣ ਵਾਲੀ ਆ ਤੇ ਇੱਕ ਸਾਡਾ ਇੱਥੇ ਬੋਲ ਕੇ ਗਿਆ ਹੈਗਾ ਭਾਈ ਬੰਦ ਤੇ ਮੈਨੂੰ ਉਹਦੇ ਨਾਲੋਂ ਪਿਆਰਾ ਮੇਰਾ ਪਿੰਡ ਸਾਨੂੰ ਸਾਡੇ ਸਾਡਾ ਦੇਸ਼ ਪਿਆਰਾ ਹੈਗਾ ਜੀ 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 ਕੋਈ ਨੀ ਆਪਾਂ ਗੱਲ ਕਰਦੇ ਸੀ ਆਪਣੇ ਪਿੰਡ ਦੀ ਪਿੰਡ ਵੀ ਉਹ ਦੇਸ਼ ਦੇ ਵਿੱਚ ਹੀ ਆ ਜਾਂਦਾ ਹਾਂ ਪਿੰਡ ਓਕੇ ਠੀਕ ਆ ਜਿੱਦਾਂ ਮਰਜ਼ੀ ਆ ਇਹ ਗੱਲ ਮੈਂ ਜ਼ਰੂਰ ਕਹੂੰਗਾ ਦਸਾਂ ਜੀ ਆਪਾਂ ਕਦੇ ਵੀ ਕਿਤੇ ਸਵੇਰ ਨੂੰ ਬਾਹਰ ਚਲ ਜਾਈਏ ਚਾਹੇ ਰਿਸ਼ਤੇਦਾਰਾਂ ਦੀ ਚਲ ਜਾਈਏ ਨਾ ਜਾਣ ਕੇ ਦਿਲ ਨੂੰ ਸਕੂਨ ਨਹੀਂ ਆਉਂਦਾ ਜਿੰਨਾ ਚਿਰ ਆਪਾਂ ਮੁੜ ਕੇ ਆਪਣੇ ਪਿੰਡ ਨਹੀਂ ਆਉਂਦੇ ਹਾਂ ਪਿੰਡ ਨਹੀਂ ਆਉਂਦੇ ਫਿਰ ਇਹ ਵੀ ਗੱਲ ਆ ਜੇ ਪਿੰਡ ਦੇ ਵਿੱਚ ਕੋਈ ਬਦਮਾਸ਼ ਹੋਵੇ ਤੇ ਉਹਦਾ ਨਾਂ ਨਹੀਂ ਤੁਸੀਂ ਲੈਂਦੇ ਜੇ ਕੋਈ ਭਲਾ ਮਾਣਸ ਹੋਵੇ ਤੇ ਸਿਰਫ ਪਿੰਡ ਦੀ ਸ਼ਲਾਘਾ ਕਰਨ ਤੋਂ ਬਾਹਰ ਅਸੀਂ ਆਪਣੇ ਲੋਕਾਂ ਦੀ ਸ਼ਲਾਘਾ ਕਰੀਏ ਜਿਹੜੇ ਜਿਹਨਾਂ ਦੇ ਉੱਥੇ ਜਿਹੜੇ ਮੈਨੂੰ ਥੋੜੀ ਪ੍ਰੋਬਲਮ ਹੋਈ ਪੰਜਾਬ ਮੁਸ਼ਕਲਾਤ ਦੇ ਵਿੱਚ ਰਹਿ ਰਹੇ ਨੇ ਤੇ ਜਾਂ ਆਪਣੇ ਦੇਸ਼ ਦੀ ਸ਼ਲਾਘਾ ਕਰੀਏ ਜਿਹੜੇ ਸਾਡੇ ਲੋਕ ਮੁਸ਼ਕਲਾਤ 'ਚ ਰਹਿ ਰਹੇ ਨੇ ਇਹ ਬੜਾ ਸੌਖਾ ਕਹਿਣਾ ਮੈਂ ਆਪਣੇ ਕਹਿ ਸਕਦਾ ਮੈਂ ਫਲਾਣੇ ਪਿੰਡ ਤੋਂ ਹਾਂ ਮੈਂ ਉਹਨੂੰ ਬਹੁਤ ਲਾਈਕ ਕਰਦਾ ਤੇ ਪਰ ਨਹੀਂ ਸਾਨੂੰ ਗੁਰੂ ਨਾਨਕ ਸਾਹਿਬ ਨੇ ਲੋਕਤਾ ਨਾਲ ਪਿਆਰ ਕਰਨਾ ਸਿਖਾਇਆ ਸੀਗਾ ਸਮਝਣਾ ਇਹੋ ਜਿਹੇ ਬੰਦਿਆਂ ਨੂੰ ਇਹ ਮੈਂ ਦੱਸਣਾ ਚਾਹੁੰਦਾ ਜੋ ਸੁਣਦਾ ਹੈ ਵੇਲੇ ਕਿ ਲੋਕਤਾ ਨਾਲ ਪਿਆਰ ਕਰੋ ਸਾਡੀ ਸਾਰੀ ਦੁਨੀਆਂ ਸਾਡੀ ਆ ਸਾਰੀ ਆ ਅਸੀਂ ਸਾਰੀ ਦੁਨੀਆਂ ਦੇ ਵਿੱਚੋਂ
ਅਸੀਂ ਇਹ ਲੁੱਟ ਜਿਹੜੀ ਆ ਉਹ ਖਤਮ ਕਰਨੀ। ਭਾਈ ਸਾਹਿਬ ਜੀ ਇਹ ਜਿਹੜਾ ਪ੍ਰੋਗਰਾਮ ਚੱਲ ਰਿਹਾ ਨਾ ਇਹ ਸਿਰਫ ਪਿੰਡ ਤੇ ਚੱਲ ਰਿਹਾ ਕਰਕੇ ਥੋੜੇ ਮਿਕਸ ਨਾ ਹੋਇਓ ਕਰਕੇ ਉਹ ਜਦੋਂ ਇਹ ਵੀ ਕਰਾਂਗੇ ਜਦੋਂ ਇਹ ਮੌਕਾ ਆ ਗਿਆ ਪਰ ਇਸ ਵੇਲਾ ਇਹ ਜਿਹੜਾ ਪ੍ਰੋਗਰਾਮ ਚੱਲ ਰਿਹਾ ਸਿਰਫ ਇਹ ਆਪਾਂ ਪਿੰਡ ਤੇ ਚੱਲ ਰਿਹਾ ਕੋਈ ਗੱਲ ਨਹੀਂ ਸਮਝਦੇ ਤੁਹਾਡੀ ਗੱਲ ਨੂੰ ਵੀ। ਅੱਛਾ ਮੇਰੀ ਗੱਲ ਸੁਣੋ ਤੁਸੀਂ ਬੜੇ ਦੋ ਅੱਛੇ ਮੇਰੇ ਵੀਰ ਲੱਗਦੇ ਆ ਬੈਠੇ ਜੀ ਜਿਹੜਾ ਕਾਲੇ ਵਾਲਾ ਵਾਲਾ ਉਹਦਾ ਕੀ ਨਾਮ ਆ ਕਾਲੇ ਵਾਲਾ ਆਹੋ ਕਾਲੇ ਵਾਲਾ ਜਿਹੜਾ ਡੋਂਗਾ ਹੈਗਾ ਮੇਰਾ ਨਾਮ ਰੂਪ ਸਮਰਾਏ ਆ ਜੀ ਤੂੰ ਤਾਂ ਗੱਲ ਕਰ ਰਿਹਾ ਮੈਂ ਜੀ ਰੂਪ ਸਮਰਾਏ ਮੇਰਾ ਨਾਮ ਕੋਲ ਡ੍ਰੌਪ ਹੋ ਗਏ ਜੀ ਚਲੋ ਖੈਰ ਕੋਈ ਨਹੀਂ ਸੋ ਅੱਜ ਗੱਲ ਕਰਦੇ ਹਾਂ ਆਪਾਂ ਮੇਰਾ ਪਿੰਡ ਆਪਾਂ ਅੱਜ ਰਹਿਣਾ ਹੈਗਾ ਪਿੰਡ ਦੇ ਜ਼ਰੀਏ ਦੇ ਵਿੱਚ ਹੀ ਕਿਉਂਕਿ ਇਹ ਨਹੀਂ ਹੈ ਕਿ ਆਪਾਂ ਕੋਈ ਟੌਪਿਕ ਸਾਡਾ ਹੋਰ ਹੋਵੇ ਤਾਂ ਆਪਾਂ ਗੱਲ ਕਿਤੇ ਹੋਰ ਪਾਸੇ ਜਾ ਕਰਨ ਲੱਗ ਪਈਏ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿੰਨੇ ਵੀ ਸਾਡੇ ਕੋਲਰ ਆਏ ਨੇ ਆਪਣੇ ਦੇਖੋ ਕਿੰਨੇ ਸੋਹਣੇ ਮੇਰੇ ਪਿੰਡ ਦੇ ਉੱਤੇ ਵਿਚਾਰ ਦੇ ਕੇ ਗਏ ਨੇ ਤੋ ਸਤਿਕਾਰ ਤਾਂ ਆਪਾਂ ਸਾਰਿਆਂ ਦਾ ਕਰਦੇ ਹਾਂ ਕਿਸੇ ਦਾ ਯਾਨੀ ਕਿ ਆਪਾਂ ਕੋਈ ਬੁਰਾ ਨਹੀਂ ਮੰਨਦੇ ਹੈਗੇ ਪਰ ਸਾਡਾ ਕਹਿਣ ਦਾ ਭਾਵ ਇਹ ਹੈ ਕਿ ਜੋ ਸਾਡਾ ਵਿਸ਼ਾ ਹੁੰਦਾ ਆਪਾਂ ਉਸ ਵਿਸ਼ੇ ਦੇ ਵਿੱਚ ਕੰਮ ਹਾਂਜੀ ਉਸ ਵਿਸ਼ੇ 'ਚ ਰਹੀਏ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹ ਸਾਡੇ ਵੀਰ ਦਾ ਜਿਹਨਾਂ ਕੋਲ ਕੀਤੀ ਹੈ ਅਗਲੀ ਕੋਲ ਲਓ ਵੀਰ ਜੀ ਜੈਗਤ ਜੀ ਕੰਦ ਕਿੱਥੋਂ ਬੋਲਦੇ ਜੀ ਮੈਂ ਜੀ ਕਿਰਪਾਲ ਸਿੰਘ ਬੋਲ ਰਿਹਾ ਨਾਟੀਗਾਮ ਤੋਂ ਜੀ ਆਓ ਜੀ ਕਰਤਾਰ ਸਿੰਘ ਜੀ ਨੋਟੀਗਾਮ ਤੋਂ ਕਿਰਪਾਲ ਜੀ ਕਿਰਪਾਲ ਸਿੰਘ ਜੀ ਕਿਰਪਾਲ ਜੀ ਤੁਸੀਂ ਤੇ ਅੱਗੇ ਵੀ ਆਉਂਦੇ ਹੋ ਹਾਂਜੀ ਹਾਂਜੀ ਅੱਛਾ ਇਹ ਨੋਟੀਗਾਮ ਤੇ ਤੁਹਾਡਾ ਇੰਗਲੈਂਡ ਦਾ ਪਿੰਡ ਹੈ ਆਪਣੇ ਦੇਸ਼ ਵਾਲਾ ਕਿਹੜਾ ਪਿੰਡ ਹੈ ਜੀ ਮੇਰਾ ਤਾਂ ਆਪਣਾ ਪਿੰਡ ਤਾਂ ਨਹੀਂ ਵੈਸੇ ਸ਼ਹਿਰ ਹੈ ਮੇਰਾ ਜੈਪੁਰ ਰਾਜਸਥਾਨ ਚਲੋ ਕੋਈ ਨਹੀਂ ਪਿੰਡ ਤੋਂ ਸ਼ਹਿਰ ਬਣਦੇ ਆ ਹਾਂ ਬਸ ਏਦਾਂ ਹੀ ਹੈ ਪਿੰਡ ਤੇ ਤੁਹਾਨੂੰ ਪਤਾ ਹੁੰਦਾ ਹੀ ਹੈ ਨੇੜੇ ਤੇੜੇ ਤੇ ਆਮ ਹੀ ਪਿੰਡ ਹੁੰਦੇ ਹੈਗੇ ਜੀ ਜੀ ਜਿਹੜਾ ਮੇਨ ਹੁੰਦਾ ਸ਼ਹਿਰ ਹੀ ਹੁੰਦਾ ਹੈ ਜੀ ਜੀ ਤਾਂ ਬਹੁਤ ਖੁਸ਼ੀ ਹੈ ਤੁਸੀਂ ਪ੍ਰੋਗਰਾਮ ਬਹੁਤ ਪਿਆਰ ਦੇ ਨਾਲ ਸਲੀਕੇ ਦੇ ਨਾਲ ਔਰ ਬਹੁਤ ਹੀ ਸ਼ਾਨਦਾਰ ਤੁਹਾਡਾ ਪ੍ਰੋਗਰਾਮ ਜਾਂਦਾ ਵੀ ਬਹੁਤ ਬਹੁਤ ਧੰਨਵਾਦ ਖੁਸ਼ ਦਿਲੋ ਤੁਸੀਂ ਖੁਸ਼ ਦਿਲੋ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਜਿੰਨਾ ਵਕਤ ਹੋਏ ਤੁਹਾਡੇ ਕੋਲ ਤੁਸੀਂ ਦਿੰਦੇ ਹੋ ਬਹੁਤ ਮੈਂ ਤਾਰੀਫ ਕਰਦਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਰ ਜੀ ਹਾਂਜੀ ਇੱਕ ਫਿਰ ਇੱਕ ਛੋਟਾ ਕੋਈ ਗਾਣਾ ਪੇਸ਼ ਕਰਦਾ ਆਓ ਜੀ ਆਓ ਜੀ ਦਿਲ ਮੁਝੇ ਬਤਾ ਦੇ ਦਿਲ ਮੁਝੇ ਬਤਾ ਦੇ ਤੂੰ ਕਿਸ ਤੇ ਆ ਗਿਆ ਹੈ ਵੋ ਕੌਣ ਹੈ ਜੋ ਆਕਰ ਖਾਬੋ ਪਛਾ ਗਿਆ ਹੈ ਦਿਲ ਮੁਝੇ ਬਤਾ ਦੇ ਤੂੰ ਕਿਸ ਤੇ ਆ ਗਿਆ ਹੈ ਵੋ ਕੌਣ ਹੈ ਜੋ ਆਕਰ ਖਾਬੋ ਪਛਾ ਗਿਆ ਹੈ ਮਸਤੀ ਮਰਾ ਤਰਾਨਾ ਯੂੰ ਰਾਤ ਗਾ ਰਹੀ ਹੈ ਆਖੋ ਮੈਂ ਨੀਂਦ ਆਕਰ ਕਿਉਂ ਦੂਰ ਜਾ ਰਹੀ ਹੈ ਦਿਲ ਮੇ ਕੋਈ ਸਿਤਮਗਰ ਅਰਮਾਂ ਜਗਾ ਗਿਆ ਹੈ ਵੋ ਕੌਣ ਹੈ ਜੋ ਆਕਰ ਖਾਬੋ ਪਛਾ ਗਿਆ ਹੈ ਐ ਦਿਲ ਮੁਝੇ ਬਤਾ ਦੇ ਤੂੰ ਕਿਸ ਪੇ ਆ ਗਿਆ ਹੈ ਵੋ ਕੌਣ ਹੈ ਜੋ ਆਕਰ ਖਾਬੋ ਪਛਾ ਗਿਆ ਹੈ ਬੇਤਾਬ ਹੋ ਰਹਾ ਹੈ ਯੇ ਦਿਲ ਮਚਲ ਮਚਲ ਕੇ ਸ਼ਾਇਦ ਯੇ ਰਾਤ ਬੀਤੇ ਕਰਵਟ ਬਦਲ ਬਦਲ ਕੇ ਦਿਲ ਜਰਾ ਸੰਭਲ ਜਾ ਸ਼ਾਇਦ ਵੋ ਆ ਗਿਆ ਹੈ ਵੋ ਕੌਣ ਹੈ ਜੋ ਆਕਰ ਖਾਬੋ ਪਛਾ ਗਿਆ ਹੈ ਥੈਂਕ ਯੂ ਸਰ ਜੀ ਥੈਂਕ ਯੂ ਬਤਾ ਦੇ ਤੂੰ ਕਿਸ ਪੇ ਆ ਗਿਆ ਹੈ ਵੋ ਕੌਣ ਹੈ ਜੋ ਆਕਰ ਖਾਬੋ ਪੇ ਛਾ ਗਿਆ ਹੈ ਕਿਆ ਬਾਤ ਆ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਜੀ ਥੈਂਕ ਯੂ ਵੈਰੀ ਮਚ ਕਿਆ ਬਾਤ ਜੀ ਉਹ ਕੌਣ ਹੈ ਜੋ ਦਿਲ ਮੇ ਆਕਰ ਛਾ ਗਿਆ ਹੈ ਕੋਈ ਨਾ ਕੋਈ ਆਪਣੇ ਪਿੰਡ ਦਾ ਹੀ ਹੋਣਾ ਹਾਂਜੀ ਤਾਂ ਆਪਾਂ ਗੱਲ ਕਰ ਰਹੇ ਸੀ ਅੱਜ ਮੇਰਾ ਪਿੰਡ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਹੈ ਕਿ ਮੇਰਾ ਪਿੰਡ ਕੰਗਣੀਆਲ ਔਰ ਕੰਗਣੀਆਲ ਦੇ ਨਾਲ ਹੀ ਅਖੇ ਵਹੀ ਪੈਂਦੀ ਸੀ ਪਰ ਤੁਸੀਂ ਮੈਨੂੰ ਤਾਂ ਪੁੱਛਿਆ ਨਹੀਂ ਕਿ ਮੇਰਾ ਪਿੰਡ ਕਿਹੜਾ ਪੁੱਛਣ ਲੱਗਾ ਜੀ ਪੁੱਛਣ ਲੱਗੇ ਸੀ ਪੁੱਛਣ ਲੱਗਾ ਮੈਂ ਫਿਰ ਕੀ ਗੱਲ ਹੋਈ ਮੌਕਾ ਨਹੀਂ ਮਿਲਿਆ ਜੀ
ਚਲੋ ਪਹਿਲੇ ਕੋਲ ਲੈ ਲਓ ਜੈਕਰ ਦੇਵ ਕੰਤ ਕਿੱਥੋਂ ਬੋਲਦੇ ਜੀ ਹਾਂਜੀ ਮੇਰੀ ਵੱਲੋਂ ਸਿਮਰਜੀਤ ਕੌਰ ਚਾਹਦਾ ਦੋਹਾਂ ਭਰਾਵਾਂ ਨੂੰ ਜੈਕਰ ਦੇਵ ਕਹਿੰਦੀ ਧੰਨ ਗੁਰਦੇਵ ਬੀਬੀ ਜੀ ਧੰਨ ਗੁਰਦੇਵ ਹਾਂਜੀ ਜੋ ਵੀ ਸਰੋਤੇ ਪ੍ਰੋਗਰਾਮ ਦੇ ਨਾਲ ਜੁੜੇ ਸਾਰਿਆਂ ਜੈਕਰ ਦੇਵ ਜੈਕਰ ਦੇਵ ਜੀ ਹਾਂ ਜਿੰਨੇ ਵੀ ਸਰੋਤੇ ਆਏ ਆ ਮੇਰੇ ਭੈਣ ਭਰਾ ਬਹੁਤ ਅੱਛੇ ਵਿਚਾਰ ਦੇ ਕੇ ਗਏ ਆ ਜੀ ਹਾਂਜੀ ਤੇ ਮੈਂ ਵੀ ਕਵਿਤਾ ਲਿਆਈ ਆ ਮੇਰੇ ਪਿੰਡ ਤੇ ਹਾਂਜੀ ਨਵਾਂ ਪਿੰਡ ਮੇਰਾ ਸਦਾ ਨਵਾਂ ਰਹਿੰਦਾ ਆਹਾ ਇਹਦੇ ਰਾਹਾਂ ਦੇ ਵਿੱਚ ਵਸਦੀ ਰੂਹ ਮੇਰੀ ਜੀ ਇਹਦੀ ਮਿੱਟੀ ਦੀ ਵਾਸ਼ਨਾ ਸਦਾ ਆਉਂਦੀ ਪਾਉਂਦੀ ਖਿੱਚ ਮੈਨੂੰ ਪਿੰਡ ਦੀ ਜੂਹ ਮੇਰੀ ਵਾਹ ਜੀ ਵਾਹ ਨਵਾਂ ਪਿੰਡ ਜਦੋਂ ਮੈਨੂੰ ਯਾਦ ਆਉਂਦਾ ਯਾਦ ਆਉਂਦੇ ਨੇ ਗਲੀਆਂ ਬਾਜ਼ਾਰ ਇਹਦੇ ਮਿੱਟੀ ਇਸ ਦੀ ਖੂਨ ਦੇ ਵਿੱਚ ਮੈਂ ਗਈ ਸੁਪਨੇ ਵਿੱਚ ਵੀ ਆਉਂਦੇ ਨੇ ਵਿਚਾਰ ਇਹਦੇ ਪਿਆਰ ਹੋ ਗਿਆ ਮਿੱਟੀ ਦੇ ਨਾਲ ਗੂੜਾ ਆਹਾ ਇਹ ਮਿੱਟੀ ਨੇ ਛੱਡਦੀ ਹੱਡੀਆਂ ਨੂੰ ਸਾਰੀ ਉਮਰ ਨਾ ਭੁੱਲਾ ਮੈਂ ਹਾਣੀਆਂ ਨੂੰ ਨਾ ਮੈਂ ਭੁੱਲਦਾ ਕਦੇ ਕਬੱਡੀਆਂ ਨੂੰ ਵਾਹ ਜੀ ਵਾਹ ਵਾਹ ਜੀ ਖਿੱਦੋ ਖੁੰਡੀ ਵੀ ਖੇਡਦੇ ਰਹੇ ਉੱਥੇ ਨਾ ਹਾਣੀਆਂ ਦੇ ਲੜਦੇ ਤੇ ਝਗੜਦੇ ਰਹੇ ਵਾਹ ਜੀ ਕੁੱਟਿਆ ਮਾੜੇ ਨੂੰ ਤੇ ਤਕੜੇ ਤੋਂ ਮਾਰ ਖਾਧੀ ਵਾਹ ਜੀ ਵਾਹ ਇੱਕ ਦੂਜੇ ਨੂੰ ਬਾਹਾਂ ਵਿੱਚ ਰਗੜਦੇ ਰਹੇ ਕੁੱਤਾ ਖੂਹ ਦਾ ਟਿਕ ਟਿਕ ਕਰੀ ਜਾਂਦਾ ਖੜਕਾ ਕਈਆਂ ਦੇ ਸਿਰ ਵਿੱਚ ਵੱਜਦਾ ਸੀ ਯਾਦ ਖੂਹਾਂ ਦੀ ਮਰ ਕੇ ਵੀ ਭੁੱਲਣੀ ਨਹੀਂ ਪਾਣੀ ਪੀਂਦਾ ਹਰ ਚਰਨ ਨਾ ਰੱਜਦਾ ਸੀ ਕੀ ਬਾਤ ਹੈ ਖੂਹ ਪਿੰਡ ਦੇ ਭੁੱਲੇ ਨਾ ਯਾਦ ਮੈਨੂੰ ਮਾਲ ਟਿੰਡਾ ਦੀ ਖੂਹ ਵਿੱਚ ਲਟਕਦੀ ਏ ਆਵੇ ਪਾਠਸ਼ੇ ਵਿੱਚੋਂ ਨਿਸਾਰ ਵਗਦੀ ਜਾਨ ਉਹਨੂੰ ਦੇ ਵਿੱਚ ਪਈ ਧੜਕਦੀ ਏ ਵਾਹ ਜੀ ਵਾਹ ਯਾਦ ਆਉਂਦੀ ਏ ਬੋੜਾਂ ਦੀ ਛਾਂ ਮੈਨੂੰ ਸਾਵੇ ਉਸ ਦੇ ਸਵਰਗਾਂ ਦੀ ਛਾਂ ਕੋਈ ਨਹੀਂ ਵਾਹ ਜੀ ਵਾਹ ਗੋਦ ਮਾਂ ਦੀ ਜਾਪਦਾ ਪਿੰਡ ਮੇਰਾ ਸਕੀ ਮਾਂ ਨਾਲੋਂ ਚੰਗੀ ਮਾਂ ਕੋਈ ਨਹੀਂ ਵਾਹ ਜੀ ਵਾਹ ਕੀ ਬਾਤ ਰੌਣਕ ਥੜੇ ਦੀ ਝਗੜਾ ਵੀ ਹੋਵੇ ਉੱਥੇ ਲੜ ਕੇ ਝਗੜ ਕੇ ਫਿਰ ਵੀ ਖੇਡਦੇ ਸਾਂ ਵਾਹ ਜੀ ਨਹੀਂ ਸੀ ਪਤਾ ਕੀ ਜਿੱਤ ਤੇ ਹਾਰ ਹੁੰਦੀ ਪਈਆ ਜ਼ਿੰਦਗੀ ਦਾ ਅੱਗੇ ਰੇੜਦੇ ਸਾਂ ਵਾਹ ਜੀ ਵਾਹ ਕਈ ਮਾਰਦੇ ਨਿਸ਼ਾਨੇ ਗੁਲੇਲ ਫੜ ਕੇ ਗੁਲੇਲੇ ਮਿੱਟੀ ਦੇ ਸਾਡੇ ਕੋਲ ਢੇਰੀਆਂ ਸੀ ਚੀਚੋ ਚੀਚ ਗਨੇਰੀਆਂ ਖੇਡਦੇ ਸਾਂ ਦੋ ਤੇਰੀਆਂ ਤੇ ਦੋ ਮੇਰੀਆਂ ਸੀ ਵਾਹ ਜੀ ਵਾਹ ਸਹੀ ਗੱਲ ਕਈ ਬੰਦੇ ਤਾਂ ਰੱਬ ਦਾ ਰੂਪ ਹੁੰਦੇ ਪਤਾ ਨਹੀਂ ਸੀ ਹੇਰਾ ਫੇਰੀਆਂ ਦਾ ਆਖਾਂ ਮੰਨ ਲੈਂਦੇ ਥੱਲੇ ਸਿਰ ਕਰਕੇ ਗੁੱਸਾ ਨਹੀਂ ਸੀ ਤੇਰੀਆਂ ਮੇਰੀਆਂ ਦਾ ਵਾਹ ਜੀ ਵਾਹ ਮੈਨੂੰ ਲੋਕ ਕਈ ਪੁਰਾਣੇ ਯਾਦ ਆਉਂਦੇ ਬੁਰਾ ਕਹਿਣ ਲੱਗੇ ਰਤਾ ਸੰਗਦੇ ਸੀ ਧੀਆਂ ਭੈਣਾਂ ਦੀ ਇੱਜ਼ਤ ਤੇ ਮਾਣ ਕਰਦੇ ਨਾ ਇਹ ਭਲਾ ਸਰਬੱਤ ਦਾ ਮੰਗਦੇ ਸੀ ਕਲਮ ਫੜ ਕੇ ਮੈਂ ਸਾਰਾ ਦਿਨ ਲਿਖੀ ਜਾਵਾਂ ਖਤਮ ਹੋਣੀਆਂ ਨਹੀਂ ਕਹਾਣੀਆਂ ਇਹ ਚੱਲਦੀ ਰਵੇਗੀ ਫਿਲਮ ਦਿਮਾਗ ਅੰਦਰ ਸੈਮੀ ਭੁੱਲੇ ਨਾ ਗੱਲਾਂ ਪੁਰਾਣੀਆਂ ਏ ਸੈਮੀ ਭੁੱਲੇ ਨਾ ਗੱਲਾਂ ਏ ਪੁਰਾਣੀਆਂ ਏ ਮੇਰਾ ਪਿੰਡ ਉਹ ਜਿਹੜਾ ਹੈਗਾ ਹੀ ਬਾ ਜੀ ਆਪਾਂ ਗੁਆਂਢੀਆਂ ਸਰ ਕੱਬੇ ਪਈ ਆਉਂਦੀ ਆ ਜੀ ਇਹ ਕਹਿੰਦੇ ਮੇਰਾ ਪਿੰਡ ਹੈ ਜੀ ਜਮਸ਼ੇਰ ਜਿਹੜਾ ਕਿ ਜਲੰਧਰ ਤੋਂ ਜੰਡਿਆਲੇ ਨੂੰ ਜਾਂਦਿਆਂ ਪਹਿਲੋਂ ਮੇਰਾ ਪਿੰਡ ਆਉਂਦਾ ਤੁਹਾਡੇ ਨਾਲੋਂ ਤੁਹਾਡਾ ਪਿੰਡ ਬਾਅਦ 'ਚ ਆਉਂਦਾ ਜੀ ਜੀ ਅੱਛਾ ਜੀ ਚਲੋ ਪਿੰਡ ਫਿਰ ਬਾਅਦ 'ਚ ਕਰਦੇ ਪਹਿਲੇ ਕੋਲ ਲਓ ਜੈਗੋ ਦੇ ਜੀ ਕੰਤ ਕਿੱਥੋਂ ਬੋਲਦੇ ਜੀ ਹਾਂਜੀ ਮੈਂ ਪਹਿਲਾਂ ਵੀ ਫੋਨ ਕੀਤਾ ਤੁਹਾਨੂੰ ਜੀ ਪਿੰਡਾਂ ਦੀ ਜਦ ਯਾਦ ਆਉਂਦੀ ਹੈ ਨਾ ਜੀ ਤੇ ਜੋ ਕੁਛ ਪਿੰਡਾਂ ਦੇ ਵਿੱਚ ਹੁੰਦਾ ਕਦੀ ਉਹਨਾਂ ਨੂੰ ਵੀ ਆਪਾਂ ਉਹਦੇ 'ਤੇ ਵੀ ਨਜ਼ਰ ਪਾਇਆ ਕਰੀਏ ਜੀ ਜੀ ਇਹ ਬਨੌਟੀ ਗੱਲਾਂ ਜਿਹੜੀਆਂ ਮੇਰਾ ਖਿਆਲ ਹੈਗਾ ਉਹਨਾਂ ਨੇ ਸਾਨੂੰ ਸਭ ਕੋ ਪਿੱਛੇ ਸੁੱਟਿਆ ਹੈਗਾ ਇਹ ਚੈਨਲ ਦੇ ਵਿੱਚ ਸਿਰਫ ਇੱਕ ਇਹ ਗੱਲ ਕਹੀ ਜਾਂਦੀ ਹੈ ਕਿ ਉੱਥੇ ਬੇਇਨਸਾਫੀ ਦੇ ਖਿਲਾਫ ਜਾਂ ਜਾਤ ਪਾਤ ਪਿੰਡਾਂ ਦੇ ਵਿੱਚ ਪਿੰਡ ਮੈਂ ਕਿਹੜੇ ਪਿੰਡ ਦੀ ਸਿਫਤ ਕਰਾਂ ਜਿਸ ਪਿੰਡ ਦੇ ਵਿੱਚ ਦਲਿਤ ਵਰਗ ਦੇ ਨੂੰ ਨਿਸ਼ਾਰ ਤੋਂ ਪਾਣੀ ਪੀਣ ਤੋਂ ਵੀ ਰੋਕਿਆ ਜਾਂਦਾ ਸੀ ਹੁਣ ਇਹ ਬਨੌਟੀ ਗੱਲਾਂ ਜਿਹੜੀਆਂ ਨਾ ਹਾਂ
ਆਪਾਂ ਨੂੰ ਪਿਆਰ ਮੁਹੱਬਤ ਦੇ ਵਿੱਚ ਉਸ ਸਿਸਟਮ ਨੂੰ ਸੁਧਾਰਨਾ ਪੈਣਾ ਬੀਜੀ। ਮੈਂ ਗੱਲ ਸਿਰਫ ਮੈਨੂੰ ਠੀਕ ਹੈ ਕਿਉਂ ਉਹੀ ਗੱਲ ਨਹੀਂ ਵੀਰ ਵੀ ਸਹੀ ਹੈ, ਪਰ ਮੌਕੇ ਨਹੀਂ ਦੇਖਣਾ ਪੈਂਦਾ। ਅਸੀਂ ਮਿਹਨਤ ਕਰਦੇ ਵੀ ਸਿਰ ਜਿਹੜਾ ਸਾਡੇ ਪੁਰਾਣੇ ਚੱਲਦੇ ਸਾਡਾ ਚੱਲਦੇ ਹਰ ਵੀਕ ਸਾਡਾ ਜਬ ਆਪਣੇ ਜਿਹੜੇ ਅਸਲ ਦੇ ਵਿੱਚ ਜੀ ਗੱਲ ਕਹਿਣ ਵਾਲੀ ਇਹ ਹੈ ਕਿ ਜਿਹੜਾ ਸਾਡਾ ਪ੍ਰੋਗਰਾਮ ਹੈ ਇਹ ਹੁੰਦਾ ਇੰਟਰਟੇਨਮੈਂਟ ਦਾ, ਇਸ ਕਰਕੇ ਆਪਾਂ ਕਿਹਾ ਸੀ ਵੀ ਉਹਨੇ ਕਿ ਆਪਾਂ ਜਾਰੇ ਦੇ ਵਿੱਚ ਰਹੀਏ ਨਾ ਕਿ ਇੱਧਰ ਉੱਧਰ ਹੋਈਏ, ਜਿੱਥੇ ਤੱਕ ਅਸੀਂ ਜਾਣੀ ਕਿ ਕਹਿ ਰਹੇ ਹਾਂ ਆਪਾਂ ਇੰਨੀ ਗੱਲ ਕਰੀ ਚੰਗਾ ਲੱਗਦਾ ਇਹ ਚੀਜ਼ ਹੈ ਨਾ। ਹਾਂਜੀ ਆਪਾਂ ਉਹ ਗੱਲਾਂ ਜਿਹੜੀਆਂ ਕਦੇ ਹੋਰ ਪ੍ਰੋਗਰਾਮ ਜਦੋਂ ਉੱਦਾਂ ਦਾ ਹੋਵੇ ਕੋਈ ਸਾਡਾ ਸਬਜੈਕਟ ਹੋਏ ਤਾਂ ਫਿਰ ਤੁਸੀਂ ਇਹੋ ਜਿਹੀਆਂ ਗੱਲਾਂ ਕਰ ਸਕਦੇ ਹੋ। ਅੱਜ ਹੈਗਾ ਸਾਡਾ ਇੰਟਰਟੇਨ ਦਾ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੋ ਅਗਲਾ ਕੋਲ ਲਓ ਜੀ ਜੈਗਰ ਦੇਵ, ਕੌਣ ਦਾ ਕਿੱਥੇ ਬੋਲਦੇ ਜੀ? ਹਾਂਜੀ ਹਾਂਜੀ ਭਾਈ ਸਾਹਿਬ ਜੀ, ਜੈਗਰ ਦੇਵ ਜੀ, ਧੰਗਰ ਦੇਵ ਜੀ, ਵਾਹ ਜੀ ਵਾਹ, ਜਿਦਾਂ ਹਰੇਕ ਇਨਸਾਨ ਜੋ ਵੀ ਪਿੰਡ ਦਾ ਬਿਲੋਂਗ ਕਰਦਾ ਵੀ ਦੇਖੋ ਹਰੇਕ ਇਨਸਾਨ ਆਪਣੇ ਪਿੰਡ ਬਾਰੇ ਸੋਚਦਾ। ਹਾਂਜੀ ਵੀ ਅਸੀਂ ਪ੍ਰਦੇਸ਼ਾਂ ਵਿੱਚ ਰਹਿ ਕੇ ਵੀ ਚਲੋ ਆਪਣੇ ਪਿੰਡ ਦੀ ਗੱਲ ਕਰਦੇ ਹਾਂ, ਸੋਚਦੇ ਹਾਂ ਜਿੱਦਾਂ ਪਿੰਡ ਦੇ ਵਿੱਚ ਆਪਾਂ ਸਕੂਲ ਦੀ ਮਦਦ ਕਰਦੇ ਹਾਂ, ਥੋੜ੍ਹਾ ਜਿੱਦਾਂ ਲਾਇਬ੍ਰੇਰੀਆਂ ਖੋਲਦੇ ਹਾਂ, ਜਿੱਦਾਂ ਕੁੜੀਆਂ ਦੇ ਵਿਆਹ ਕਰਦੇ ਹਾਂ, ਜਿੱਦਾਂ ਮਸ਼ੀਨਾਂ ਦਿੰਦੇ ਹਾਂ ਜੀ। ਆਪਾਂ ਪ੍ਰਦੇਸ਼ਾਂ ਵਿੱਚ ਰਹਿ ਕੇ ਵੀ ਦੇਖੋ ਆਪਣਾ ਪਿੰਡ ਦੇ ਨਾਲ ਮੋਹ ਜਿਹੜਾ ਹੈਗਾ ਨਾ ਜੀ ਜੀ ਰੱਖਦੇ ਹਾਂ ਜੀ। ਤੇ ਕਈ ਇਨਸਾਨ ਜਿਹੜੇ ਹੈਗੇ ਕਈ ਲੜਾਈ ਝਗੜੇ ਕਰਕੇ ਆਪਣਾ ਪਿੰਡ ਦੇ ਵਿੱਚ ਜਿੱਦਾਂ ਰਿਕਾਰਡ ਖਰਾਬ ਕਰ ਲੈਂਦੇ ਆ, ਕਈ ਪ੍ਰੇਮ ਪਿਆਰ ਨਾਲ ਰਹਿੰਦੇ ਆ ਉਹ, ਹਾਂਜੀ ਉਹਨਾਂ ਦਾ ਉਹਨਾਂ ਨੂੰ ਲੋਕੀ ਯਾਦ ਕਰਦੇ ਆ ਜੀ। ਤੇ ਜਦਕਿ ਏਦਾਂ ਨੀ ਚਾਹੀਦਾ, ਸਾਰੇ ਰਲ ਮਿਲ ਕੇ ਪਿੰਡਾਂ ਦੇ ਵਿੱਚ ਰਹਿੰਦੇ ਆ ਜੀ, ਏਦਾਂ ਦੀ ਕੋਈ ਗੱਲਬਾਤ ਨਹੀਂ, ਸਾਰੇ ਆਪਣੇ ਪਿੰਡਾਂ ਦੇ ਵਿੱਚ ਜਿੰਨੇ ਵੀ ਰਹਿੰਦੇ ਬਹੁਤ ਹੀ ਪ੍ਰੇਮ ਪਿਆਰ ਨਾਲ ਰਹਿੰਦੇ। ਮੈਂ ਵੀ ਤੁਹਾਨੂੰ ਇੱਕ ਗੀਤ ਸੁਣਾਉਣਾ ਆਪਣਾ ਹੀ ਮੇਰਾ ਜਿਹੜਾ ਰਿਕਾਰਡ ਹੋਇਆ ਗੀਤ ਹੈ। ਪਰ ਗੱਲ ਏਦਾਂ ਆ ਸਾਡੇ ਵੀਰ ਜੀ, ਹਾਂਜੀ ਗੀਤ ਤਾਂ ਤੁਸੀਂ ਜ਼ਰੂਰ ਬਾਅਦ 'ਚ ਸੁਣਾਇਓ, ਹਾਂਜੀ ਪਰ ਉਹ ਆਪਣਾ ਪਿੰਡ ਕਿਹੜਾ ਜੀ? ਮੈਂ ਫੁੱਲ ਕਰੀਏ ਬਿਨਾਂ ਗੱਲੋ ਨਾ ਕਿਸੇ ਨਾ ਲੜੀਏ, ਮਾੜਿਆਂ ਦੀ ਨਾ ਮਹਿਫਲ ਕਰੀਏ ਬਿਨਾਂ ਗੱਲੋ ਨਾ ਕਿਸੇ ਨਾ ਲੜੀਏ, ਕੋਈ ਔਖ ਹੋਵੇ ਪਹਿਲਾਂ ਕੋਈ ਬਾਦ ਮਿੱਤਰੋ, ਆਪਣਾ ਹੈ ਪਿੰਡ ਚ ਰਿਕਾਰਡ ਮਿੱਤਰੋ, ਆਪਣਾ ਹੈ ਪਿੰਡ ਚ ਰਿਕਾਰਡ ਮਿੱਤਰੋ, ਚੰਗਾ ਜੇ ਨਹੀਂ ਮਾੜਾ ਕਿਸੇ ਨੂੰ ਕਹੀਦਾ, ਰੱਬ ਦੀ ਰਜਾ ਦੇ ਵਿੱਚ ਰਾਜੀ ਰਹੀਦਾ, ਉਹ ਚੰਗਾ ਜਾ ਨਹੀਂ ਮਾੜਾ ਕਿਸੇ ਨੂੰ ਕਹੀਦਾ, ਰੱਬ ਦੀ ਰਜਾ ਦੇ ਵਿੱਚ ਰਾਜੀ ਰਹੀਦਾ, ਕਦੇ ਗਲਤ ਨਹੀਂ ਬੋਲਿਆ ਅਲਫਾਜ ਮਿੱਤਰੋ, ਆਪਣਾ ਹੈ ਪਿੰਡ ਚ ਰਿਕਾਰਡ ਮਿੱਤਰੋ, ਆਪਣਾ ਹੈ ਪਿੰਡ ਚ ਰਿਕਾਰਡ ਮਿੱਤਰੋ, ਯਾਰ ਨਾ ਬਣਾਓ ਜਿਹੜਾ ਕੰਮ ਨਹੀਂ ਆਉਂਦਾ, ਗੱਲ ਗੱਲ ਉੱਤੇ ਐਵੇਂ ਤੀਲੀ ਫਿਰ ਲਾਉਂਦਾ, ਯਾਰ ਨਾ ਬਣਾਓ ਜਿਹੜਾ ਕੰਮ ਨਹੀਂ ਆਉਂਦਾ, ਗੱਲ ਗੱਲ ਉੱਤੇ ਐਵੇਂ ਤੀਲੀ ਫਿਰ ਲਾਉਂਦਾ, ਦਿਲ ਰੱਖਦਾ ਨਾ ਜਿਹੜਾ ਸਾਫ ਮਿੱਤਰੋ, ਆਪਣਾ ਹੈ ਪਿੰਡ ਚ ਰਿਕਾਰਡ ਮਿੱਤਰੋ, ਆਪਣਾ ਹੈ ਪਿੰਡ ਚ ਰਿਕਾਰਡ ਮਿੱਤਰੋ, ਚੰਨੀ ਟੱਡਾ ਕੋਈ ਨਹੀਂ ਆਸਾਨ ਕਰਦਾ, ਮਾਲਕ ਵੀ ਰੱਖ ਲੈਂਦਾ ਮੈਥੋਂ ਪਰਦਾ, ਚੰਨੀ ਟੱਡਾ ਕੋਈ ਨਹੀਂ ਆਸਾਨ ਕਰਦਾ, ਮਾਲਕ ਵੀ ਰੱਖ ਲੈਂਦਾ ਮੈਥੋਂ ਪਰਦਾ, ਸਦਾ ਮਾਪਿਆਂ ਦਾ ਕਰੋ ਸਤਿਕਾਰ ਮਿੱਤਰੋ, ਆਪਣਾ ਹੈ ਪਿੰਡ ਚ ਰਿਕਾਰਡ ਮਿੱਤਰੋ, ਆਪਣਾ ਹੈ ਪਿੰਡ ਚ ਰਿਕਾਰਡ ਮਿੱਤਰੋ, ਬਹੁਤ ਬਹੁਤ ਧੰਨਵਾਦ ਜੀ ਟਾਈਮ ਦੇ। ਕੀ ਬਾਤ ਹੈ ਜੀ, ਆਪ ਜੈਗਦੇਵ ਜੀ, ਧੰਨ ਗੁਰਦੇਵ, ਵਾਹ ਜੀ ਵਾਹ। ਕਮਲ ਜੀ ਸੋਪਾਲ ਜੀ ਸਾਊਥਹੈਂਪਟਨ ਤੋਂ ਕਹਿੰਦੇ ਕਿ ਆਪਣਾ ਪਿੰਡ ਚ ਰਿਕਾਰਡ ਸੀ, ਮੰਨਦੇ ਆ? ਮੈਂ ਕਿਹਾ ਜੀ ਮੰਨਦੇ,
ਪਿੰਡੂ ਕਾਫੀ ਵਧੀਆ ਰਹਿੰਦੇ ਆ। ਹਾਂਜੀ ਹਾਂਜੀ ਬਹੁਤ ਵਧੀਆ ਜੀ। ਗੱਲ ਚੱਲਦੀ ਸੀ ਕਿ ਮੇਰਾ ਪਿੰਡ, ਕਿਸੇ ਨੇ ਕੁਝ ਲਾਈਨਾਂ ਲਿਖੀਆਂ, ਕਹਿੰਦਾ ਨਾ ਉਹ ਪਿੰਡ ਦੀਆਂ ਡੰਡੀਆਂ ਨਾ ਉਹ ਪਿੰਡ ਦੇ ਹਾਣੀ, ਨਾ ਪਹਿਲਾਂ ਵਰਗੇ ਕਾਮੇ ਦੱਸਣ ਨਾ ਉਹ ਸੱਥ ਪੁਰਾਣੀ, ਹਸਦੀ ਵਸਦੀ ਨਗਰੀ ਦਾ ਉਹ ਝੁੰਡ ਗੁਆਚ ਗਿਆ, ਸ਼ਹਿਰ 'ਚ ਵੱਸਦੇ ਲੋਕੋ ਮੇਰਾ ਪਿੰਡ ਗੁਆਚ ਗਿਆ, ਸ਼ਹਿਰ 'ਚ ਵੱਸਦੇ ਲੋਕੋ ਮੇਰਾ ਪਿੰਡ ਗੁਆਚ ਗਿਆ। ਰੁੱਖੀ ਮਿੱਸੀ ਰੋਟੀ ਖਾ ਕੇ ਠੰਡਾ ਪਾਣੀ ਪੀਂਦੇ ਸਾਂ, ਸ਼ਹਿਰਾਂ ਵਿੱਚ ਕਸੂਤੇ ਫਸ ਗਏ, ਸੋਹਣੀ ਜ਼ਿੰਦਗੀ ਜਿਉਂਦੇ ਸਾਂ, ਨਾ ਕੁੜੀਆਂ ਦੀ ਢਾਣੀ ਪਿੰਡ ਦਾ ਖੂਹ ਗੁਆਚ ਗਿਆ, ਸ਼ਹਿਰ 'ਚ ਵੱਸਦੇ ਲੋਕੋ ਮੇਰਾ ਪਿੰਡ ਗੁਆਚ ਗਿਆ, ਸ਼ਹਿਰ 'ਚ ਵੱਸਦੇ ਲੋਕੋ ਮੇਰਾ ਪਿੰਡ ਗੁਆਚ ਗਿਆ। ਤੋ ਅੱਜ ਗੱਲ ਕਰਦੇ ਸੀ ਮੇਰਾ ਪਿੰਡ। ਹਾਂਜੀ ਕੁਛ ਕਹਿਣਾ ਚਾਹੁੰਦੇ ਹੋ? ਫੋਨ ਆਇਆ। ਹਾਂਜੀ ਫੋਨ ਜੇ ਕਦੇ ਕੰਧ ਕਿੱਥੇ ਬੋਲਦੇ ਜੀ? ਰੁਕਵੀ। ਹੈਲੋ ਜੀ। ਹਾਂਜੀ ਕੌਣ ਬੋਲਦੇ ਸਰ ਜੀ? ਮੈਂ ਤਰਲੋਚਨ ਸਿੰਘ ਹਾਂ। ਆਓ ਜੀ ਸਰ ਜੀ, ਕੀ ਕਹੋਗੇ ਤੁਸੀਂ ਜੀ? ਮੈਂ ਰੁਕਵੀ ਤੋਂ ਬੋਲਦਾ ਜੀ। ਰਗਵੀ ਤੋਂ ਬੋਲਦੇ ਹੋ ਤਰਲੋਚਨ ਸਿੰਘ ਜੀ, ਤੁਹਾਡਾ ਵੈਲਕਮ ਹੈ ਜੀ ਕਾਂਸ਼ੀ ਟੀਵੀ ਦੇ ਵਿਹੜੇ। ਹਾਂਜੀ ਮੇਰੇ ਖਿਆਲ ਤੁਸੀਂ ਪਹਿਲੀ ਵਾਰ ਕਾਲ ਕੀਤੀ ਹੈ। ਮੈਂ ਪਹਿਲੀ ਦਫਾ ਕੀਤਾ ਜੀ। ਹਾਂ ਜੀ। ਤੇ ਗਾਣਾ ਵੀ ਇੱਕ ਮੁੰਡੇ ਨੇ ਸਕੂਲੇ ਗਾਇਆ ਸੀ, ਬੜੇ ਮੈਨੂੰ 62 ਸਾਲ ਤੇ ਆਏ ਨੂੰ ਹੋ ਗਿਆ। ਕਿੰਨੇ? 62। ਓ 62। ਅੱਛਾ ਇਹ ਦੱਸੋ ਵੀ ਆਪਣਾ ਪਿੰਡ ਕਿਹੜਾ ਜੀ? ਮੇਰਾ ਪਿੰਡ ਨੂਰਪੁਰ ਚੱਠਾ ਨਕੋਦਰ ਦੇ ਲਾਗੇ ਆ। ਕੀ ਬਾਤ ਹੈ, ਨੂਰਪੁਰ ਚੱਠਾ। ਚੱਠਾ ਹਾਂਜੀ, ਚੱਠਾ ਚੱਠਾ। ਹਾਂਜੀ ਕੀ ਬਾਤ ਹੈ। ਹਾਂਜੀ ਕੀ ਕਹੋਗੇ ਜੀ ਤੁਸੀਂ ਅੱਜ? ਮੈਂ ਅੱਜ ਬਸ ਪਿੰਡ ਦਾ ਹੀ ਆ, ਪਿੰਡ ਤੇ ਸ਼ਹਿਰ ਦਾ ਦੋਨਾਂ ਦਾ ਮਿਕਸ ਹੀ ਆ। ਆਓ ਸਰ ਜੀ, ਆਓ ਜੀ, ਕਿਉਂਕਿ ਕਈ ਵਿੱਚ ਸ਼ਹਿਰ ਦਾ ਵੀ ਕਹਿੰਦੇ ਹਨ ਜੀ। ਜੀ ਮੇਰੇ ਪਿੰਡ ਵਿੱਚ ਫੇਰਾ ਪਾ ਜਾ, ਮੇਰੇ ਪਿੰਡ ਵਿੱਚ ਫੇਰਾ ਪਾ ਜਾ, ਖੁੱਲੇ ਖੇਤ ਤੇ ਖੁੱਲੀਆਂ ਰਾਵਾਂ, ਕਿ ਦਿਲ ਤੇਰਾ ਲੱਗ ਜਾਊਗਾ ਚੇਰੀ ਦੋਸਤਾ। ਉਹ ਕਹਿੰਦਾ ਤੇਰੇ ਪਿੰਡ ਵਿੱਚ ਕਿਵੇਂ ਮੈਂ ਆਵਾਂ, ਤੇਰੇ ਪਿੰਡ ਵਿੱਚ ਕਿਵੇਂ ਮੈਂ ਆਵਾਂ, ਕੱਚੀ ਸੜਕਾਂ ਨੇਰੀਆਂ ਰਾਵਾਂ, ਕਿ ਦਿਲ ਮੇਰਾ ਨਹੀਂ ਲੱਗਣਾ, ਉਹ ਦਿਲ ਮੇਰਾ ਨਹੀਂ ਲੱਗਣਾ ਪਿੰਡੂ ਦੋਸਤਾ। ਉਹ ਕਹਿੰਦਾ ਪਿੰਡ ਪਿੰਡ ਬਦਲ ਗਿਆ ਹੁਣ ਮੇਰਾ, ਪਿੰਡ ਬਦਲ ਗਿਆ ਹੁਣ ਮੇਰਾ, ਪੱਕੀ ਸੜਕ ਕਿਤੇ ਨਹੀਂ ਹਨੇਰਾ, ਬਿਜਲੀ ਦੇ ਲੱਟ ਲਮਕਦੇ, ਬਿਜਲੀ ਦੇ ਲੱਟ ਲਮਕਦੇ, ਉਹ ਦਿਲ ਤੇਰਾ ਲੱਗ ਜਾਊਗਾ ਚੇਰੀ ਦੋਸਤਾ। ਉਹ ਕਹਿੰਦਾ ਪਿੰਡ ਤੇਰੇ ਦਾ ਸਕੂਲ ਮੈਂ ਤੱਕਿਆ, ਸੋ ਸੋ ਬੱਚਾ ਤੇ ਮਾਸਟਰ ਇੱਕ ਰੱਖਿਆ, ਛੱਤਾਂ ਵਿੱਚੋਂ ਪਾਣੀ ਚੋਂਵਦਾ, ਕਿ ਦਿਲ ਮੇਰਾ ਨਹੀਂ ਲੱਗਣਾ ਪਿੰਡੂ ਦੋਸਤਾ। ਕਹਿੰਦਾ ਮੇਰੇ ਪਿੰਡ ਵਿੱਚ ਹਸਪਤਾਲ ਖੁੱਲ੍ਹਿਆ, ਮੇਰੇ ਪਿੰਡ ਵਿੱਚ ਹਸਪਤਾਲ ਖੁੱਲ੍ਹਿਆ, ਅਤੇ ਰੋਗੀ ਉੱਥੇ ਨੇਤੇ ਆਉਂਦੇ, ਅਤੇ ਇਲਾਜ ਉੱਥੇ ਮੁਫਤ ਹੁੰਦਾ, ਇਲਾਜ ਉੱਥੇ ਮੁਫਤ ਹੁੰਦਾ, ਕਿ ਦਿਲ ਤੇਰਾ ਲੱਗ ਜਾਊਗਾ ਚੇਰੀ ਦੋਸਤਾ। ਪਿੰਡ ਸ਼ਹਿਰ ਦਾ ਭੇਸ ਮਿਟਾ ਕੇ, ਪਿੰਡ ਸ਼ਹਿਰ ਦਾ ਭੇਸ ਮਿਟਾ ਕੇ, ਕੰਮ ਕਰੀਏ ਦੋਵੇਂ ਮਿਲਾ ਕੇ, ਤੇ ਹੋਰ ਸੁੱਖ ਮਿਲ ਜਾਊਗਾ, ਹੋਰ ਸੁੱਖ ਮਿਲ ਜਾਊਗਾ ਪਿੰਡੂ ਦੋਸਤਾ ਸ਼ਹਿਰੀ ਦੋਸਤਾ। ਕਿਆ ਬਾਤਾਂ ਜੀ, ਵਾਹ ਜੀ ਵਾਹ। ਹੋ ਸਕਦਾ ਮੈਂ ਪਿੱਛੋਂ ਭੁੱਲ ਵੀ ਗਿਆ ਹੋ ਕਾਫੀ। ਨਹੀਂ ਕੋਈ ਨੀ ਕੋਈ ਨੀ, ਤੇ ਪਹਿਲੀ ਦਫਾ ਆਇਆ ਮੈਂ, ਮੇਰਾ ਜੀ ਦਿਲ ਤਾਂ ਬੜਾ ਕਰਦਾ ਸੀ, ਮੈਂ ਕਿਸੇ ਦਿਨ ਆਊਗਾ ਮੇਰੇ ਪਿੰਡ ਦਾ ਤੇ ਮੈਂ ਜ਼ਰੂਰ ਦੇਖ ਆਊਂਗਾ। ਆਏ ਹਾਏ ਕਿਆ ਬਾਤਾਂ, ਦੇਖ ਲਓ ਅਸੀਂ ਲੈ ਜਾਂਦਾ ਵੀ ਅੱਜ ਤੁਹਾਡਾ ਪਿੰਡ ਦਾ ਇੱਦਾਂ ਆਉਂਦੇ ਜਾਂਦੇ ਰਿਹਾ ਕਰੋ। ਕੋਈ ਨੀ ਕੋਈ ਨੀ ਮਹਾਰਾਜ, ਤੁਸੀਂ ਇੱਦਾਂ ਆਉਂਦੇ ਜਾਂਦੇ ਰਿਹਾ ਕਰੋ, ਹਰ ਫਰਾਈਡੇ ਆਪਣਾ ਪ੍ਰੋਗਰਾਮ ਹੁੰਦਾ 6 ਤੋਂ 7 ਵਜੇ ਤੱਕ, ਮੈਂ ਦੇਖਦਾ ਹੁੰਦਾ ਵੈਸੇ। ਵਾਹ ਜੀ ਵਾਹ, ਹਾਂਜੀ ਦੋਨਾਂ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਤੁਹਾਡਾ ਵੀ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਕਿਆ ਜੀ ਬਾਤਾਂ, ਕਿਆ ਬਾਤਾਂ, ਪਿੰਡ ਦੀਆਂ ਗੱਲਾਂ ਸੁਣਾ ਕੇ ਗਏ ਨੇ। ਤੋ ਗੱਲ ਕਰਦੇ ਸੀ ਮੇਰਾ ਪਿੰਡ। ਸੋ ਦੋਸਤੋ, ਕਾਂਸ਼ੀ ਟੀਵੀ 'ਤੇ ਜੋ ਵੀ ਅਸੀਂ ਇਹ ਪ੍ਰੋਗਰਾਮ ਲੈ ਕੇ ਆਈਦਾ ਹੈ, ਉਹ ਸਾਡੇ ਆਪਦੇ ਹੀ ਵਿਚਾਰ ਹੁੰਦੇ ਨੇ, ਇਸ ਦੇ ਵਿੱਚ ਕੋਈ ਕਾਂਸ਼ੀ ਟੀਵੀ ਦਾ ਲੈਣਾ ਦੇਣਾ ਨਹੀਂ ਹੁੰਦਾ। ਤੋ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ, ਸ਼ੁਕਰਗੁਜ਼ਾਰ ਕਰਦੇ ਹਾਂ ਸਾਡੇ ਕਾਂਸ਼ੀ ਟੀਵੀ ਦਾ, ਜਿਨ੍ਹਾਂ ਦੀ ਬਦੌਲਤ ਅਸੀਂ ਤੁਹਾਡੇ ਰੂਬਰੂ ਹੁੰਦੇ ਹਾਂ। ਅਗਲੀ ਕੋਲ ਲਓ ਜੀ। ਜੈ ਗੁਰਦੇਵ ਜੀ, ਕੰਮ ਤੱਕ ਕਿੱਥੋਂ ਬੋਲਦੇ ਜੀ? ਤਾਂ ਪਹਿਲਾਂ ਤਾਂ ਦੋਹਾਂ ਭਰਾ ਨੂੰ ਜੈ ਗੁਰਦੇਵ ਜੀ। ਧੰਨ ਗੁਰਦੇਵ ਜੀ। ਕੌਣ ਬੋਲਦੇ ਸਰ ਜੀ? ਮੈਂ ਬਿਕਰ ਚੌਹਾਨ ਬੋਲਦਾ। ਵਾਹ ਜੀ ਚੌਹਾਨ ਸਾਹਿਬ ਜੀ, ਆਪਾਂ ਦੇਸ਼ਾਂ ਕਿੰਨੇ ਕਿੰਨੇ ਸਾਲ ਵੀ ਰਹਿੰਦੇ ਹੋ ਗਏ ਆ, ਪਿੰਡ ਨਹੀਂ ਬੋਲਦਾ,
ਪਰ ਜਦੋਂ ਵੀ ਆਪਾਂ ਪਿੰਡ ਜਾਂਦੇ ਹਾਂ ਤਾਂ ਉਸੇ ਵੇਲੇ ਪਿੰਡ ਦੀਆਂ ਗਲੀਆਂ ਐਨ ਯਾਦ ਆ ਜਾਣੀਆਂ ਹਾਂਜੀ ਪਿੰਡ ਭਾਵੇਂ ਜਿੱਥੇ ਮਰਜ਼ੀ ਮਤਲਬ ਤੁਸੀਂ ਰਹਿੰਦੇ ਆ ਲਾਗ ਪਰ ਪਿੰਡ ਪਿੰਡ ਹੀ ਆ ਪਿੰਡ ਜਾਂਦਾ ਮੈਂ ਬੜਾ ਖੁਸ਼ ਹੋ ਜਾਂਦਾ ਆ ਬਿਕਰ ਚੌਹਾਨ ਜੀ ਆਪਣੇ ਵਿਚਾਰ ਦੇ ਕੇ ਗਏ ਨੇ ਆਪਣਾ ਪਿੰਡ ਵੀ ਦੱਸ ਕੇ ਗਏ ਨੇ ਗੜ ਸ਼ੰਕਰ ਵੱਲ ਹੈ ਸੋ ਦੋਸਤੋ ਬਹੁਤ ਹੀ ਧੰਨਵਾਦ ਕਰਦੇ ਹਾਂ ਦਿਲ ਦੀਆਂ ਗਹਿਰਾਈਆਂ ਤੋਂ ਜਿਹਨਾਂ ਜਿਹਨਾਂ ਨੇ ਕੋਲ ਕੀਤੇ ਕਿਉਂਕਿ ਹੁਣ ਆਪਣੇ ਕੋਲ ਟਾਈਮ ਨਹੀਂ ਹੈ ਪ੍ਰੋਗਰਾਮ ਦੀ ਸਮਾਪਤੀ ਹੋ ਰਹੀ ਹੈ ਅਖੀਰ ਦੇ ਵਿੱਚ ਜਿਸ ਤਰ੍ਹਾਂ ਮੈਂ ਕਹਿੰਦਾ ਹੁੰਦਾ ਹਾਂ ਲੈ ਕਾਇਆਰ ਹਵਾਲ ਰੱਬ ਦੇ ਲੈ ਕਾਇਆਰ ਹਵਾਲ ਰੱਬ ਦੇ ਹੋ ਮਿਲੇ ਚਾਰ ਦਿਨਾਂ ਦਿਨ ਸਤਿਗੁਰੂ ਫਿਰ ਕਿਤੇ ਚਾਹਿਆ ਉਸ ਦਿਨ ਫਿਰ ਮਿਲਾਂਗੇ ਅਸੀਂ ਤੁਹਾਨੂੰ ਹੁਣ ਬਾਏ ਬਾਏ ਫਿਰ ਮਿਲਾਂਗੇ ਸੋ ਇਹਦੇ ਨਾਲ ਹੀ ਸਾਡੀ ਸਮਾਪਤੀ ਆ ਅਖੀਰ ਦੇ ਵਿੱਚ ਅਗਲੇ ਹਫ਼ਤੇ ਕਿਸੇ ਹੋਰ ਵੱਖਰੇ ਟੋਪਿਕ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਮੇਰੇ ਵੱਲੋਂ ਰੂਪ ਸਮਰਾਏ ਬਲਬੀਰ ਕੈਨ ਜੀ ਔਰ ਵਿਜੇ ਮੋਮੀ ਜੀ ਔਰ ਕਾਂਸ਼ੀ ਟੀਵੀ ਦੀ ਮੈਨੇਜਮੈਂਟ ਸਾਡੇ ਸਾਰਿਆਂ ਵੱਲੋਂ ਸਾਡੇ ਦਰਸ਼ਕਾਂ ਨੂੰ ਜੈ ਗੁਰਦੇਵ ਧੰਨ ਗੁਰਦੇਵ